ਜਾਗਰਣ ਤਾਂ ਅਸੀਂ ਮਾਂ ਦਾ ਕਰਨ ਆਏ ਆ ਤੇ ਇਹਦੇ ਪਿੱਛੇ ਜਾ ਕੇ ਸਟੇਜ ਤੇ ਨਮਾਜ਼ ਅਦਾ ਕਰ ਰਹੇ ਆ ਯਾਰ ਜੇ ਤੁਸੀਂ ਨਮਾਜ਼ ਅਦਾ ਕਰਨੀ ਹੈ ਤੇ ਨਮਾਜ਼ ਵਾਸਤੇ ਈਦਗਾਰ ਬਣੀ ਆ ਤੁਹਾਡੀ ਐ ਹੁੰਦਾ ਬੱਜੀ ਤੇ ਜੇ ਕੋਈ ਗਾ ਰਿਹਾ ਤਾਂ ਉਹਦੇ ਅੰਦਰ ਜੇ ਸ਼ਰਧਾ ਨਹੀਂ ਹੈ ਤਾਂ ਫਿਰ ਉਹਨੂੰ ਗਾਉਣ ਦਾ ਹੱਕ ਨਹੀਂ ਹੈ ਜਾਗਰਣ ਕਰਨ ਦਾ ਇੱਕ ਪਾਸੇ ਤਾਂ ਤੁਸੀਂ ਮਾਈ ਦੇ ਦਰਬਾਰ 'ਚ ਭੇਟ ਗਾਰ ਤੇ ਦੂਜੇ ਪਾਸੇ ਹੀਰੋਇਨ ਹੀਰੋਇਨ ਨਾਲ ਗਲੇ 'ਚ ਬਾਵਾ ਪਾ ਕੇ ਉਹ ਸੀਨ ਜਿਹੜਾ ਤੁਹਾਡੇ ਦਿਮਾਗ 'ਚ ਕਿਤਨਾ ਕੀਤੇ ਫਿਰ ਇਹ ਤਾਂ ਸਭ ਤੋਂ ਵੱਧ ਕਰਈਆ ਮਿੱਤਲ ਗਾਉਣ ਨੂੰ ਹੱਕਨਾ ਕੰਈਆ ਮਿੱਤਲ ਨੂੰ ਇਹ ਨਹੀਂ ਕਹਿ ਰਿਹਾ ਵੀ ਉਹਨੂੰ ਅਲਾਉਡ ਹੈ ਇਹ ਕਿਸੇ ਨੇ ਅਲਾਉਡ ਨਹੀਂ ਬੁਲਾਓ ਫਿਰ ਕੰਈਆ ਮਿੱਤਲ ਨੂੰ ਇੱਥੇ ਬਿਲਕੁਲ ਬੁਲਾਵਾਂਗੇ ਜੇ ਸਲੀਮ ਨੇ ਗਲਤ ਗਾਇਆ ਮਾਫੀ ਮੰਗ ਕੇ ਜਾ ਰਿਹਾ ਹੈ ਤੇ ਫਿਰ ਕੰਈਆ ਮਿੱਤਲ ਵੀ ਦਾ ਖੰਜਰ ਚਲਾਏ ਗਾਰੇ ਉਹ ਕਹਿੰਦੇ ਆ ਕਿ ਜਿਹੜੇ ਮੀਰ ਆलम ਭਾਈਚਾਰੇ ਦੇ ਲੋਕ ਹੈ ਉਹ ਨਾ ਜਾਗਰਨ ਕਰਨ ਬਸ ਇਹਨਾਂ ਦੇ ਭਾਈਚਾਰੇ ਤੋਂ ਖਾਨ ਸਾਹਿਬ ਗਾਰੇ ਆ ਗਾਰੇ ਜਾਗਰਨ ਚ ਤੇ ਚੱਕ ਲਿਆ ਆਪਾਂ ਸਿੱਧੂ ਮੂਸੇ ਵਾਲੇ ਦਾ ਵੀ ਮੈਂ ਉਹ ਸਾਰੇ ਬੰਦਿਆਂ ਦੇ ਖਿਲਾਫ ਆ ਜਿਹੜੇ ਗੈਰ ਹਿੰਦੂ ਜਾਗਰਣ ਕਰਦੇ ਸੀ ਮੈਂ ਗਾਣਾ ਵੀ ਉਹਦਾ ਉਹ ਗਾਇਆ ਜਿਹੜਾ ਜਿਹਦੇ 'ਚ ਕੋਈ ਵਲਗਰ ਗੱਲ ਨਹੀਂ ਸੀ ਜਿਹਦੇ 'ਚ ਕੋਈ ਮਾੜੀ ਚੀਜ਼ ਨਹੀਂ ਸੀ ਅਮਨ ਤੁਸੀਂ ਕਹਿ ਰਹੇ ਸੀ ਕਿ ਉੱਥੇ ਗੀਤ ਨਹੀਂ ਗਾ ਸਕਦੇ ਮੈਂ ਦੱਸਦਾ ਤੁਸੀਂ ਅੱਜ ਇਹ ਵੀ ਦੱਸ ਰਹੇ ਸੀ ਅਸੀਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਮੈਂ ਔਰ ਸਲੀਮ ਕਿ ਨੱਚ ਵੀ ਨਹੀਂ ਸਕਦੇ ਹਾਂ। ਕन्हैया ਮਿੱਤਲ ਤਾਂ ਸਾ ਅੱਧੀਆਂ ਨਾਲੋਂ ਜ਼ਿਆਦਾ ਉਹਦੇ ਤੇ ਕੌਂਦੇ। ਮੈਂ ਪਹਿਲਾ ਸਵਾਲ ਤਾਂ ਤੁਹਾਨੂੰ ਉਹਨਾਂ ਤੇ ਕਰ ਦੇਣਾ ਚਾਹੀਦਾ। ਸਾਡੇ ਕਈ ਪਜਨੈਸੇ ਉਹਦੇ ਤੇ ਲੋਕ ਨੱਚਦੇ ਵੀ ਨੇ। ਕन्हैया ਮਿੱਤਲ ਜਿਹੜੇ ਨੇ ਉਹ ਪੱਕਾ ਭਜਨ ਕਰਦੇ। ਉਹ ਕਰਦੇ ਨਹੀਂ ਜਾਗਰਣ। ਉਹ ਚੌਂਕੀ ਲਾਂਦਾ ਘੰਟੇ ਦੋ ਘੰਟੇ। ਜੀਨ ਜੀ ਨੇ ਅਜੇ ਆ ਵੀ ਕੁਛ ਨਹੀਂ ਕੀਤਾ ਜਿਹਦੇ ਨਾਲ ਆਪਾਂ ਬਿਲਕੁਲ ਹੀ ਬਾਈਕਾਟ ਕਰ ਦਈਏ ਇਹਨੂੰ ਸਜ਼ਾ ਦੇ ਦਈਏ ਇੱਕ ਫਾਇ ਟੰਗਦੀ ਏ ਠੀਕ ਹੈ ਮੈਂ ਤੁਸੀਂ ਵੀਡੀਓ ਭਾਈ ਮੈਂ ਉੱਥੇ ਵਿਰੋਧ ਕਰੋ ਜਾ ਕੇ ਅੱਗਾ ਲਾ ਦੇ ਗਏ ਸਲੀਮ ਨੇ ਮੇਰੀ ਗੱਲ ਤੇ ਬੰਦੂਕ ਕਰਾ ਕੇ ਚਲਾਈ ਕਿਤੇ ਹੋਰ ਰੌਲਾ ਕੁਝ ਹੋਰ ਸੀ ਮੇਰੀ ਗੱਲ ਪੂਰੀ ਹੋਈ ਵਿਚਾਰਾ ਸਲੀਮ ਨੂੰ ਬਣਾ ਲਿਆ ਮੈਂ ਕਿੱਦਾਂ ਨਹੀਂ ਮਾਤਾ ਰਾਣੀ ਨੂੰ ਪਿਆਰ ਕਰੂੰਗਾ ਮੈਂ ਤਾਂ ਉਹਨਾਂ ਦੀ ਰੋਟੀ ਖਾਣਾ ਉਹਨਾਂ ਦੀ ਦਿੱਤੀ ਹੋਈ ਰੋਟੀ ਉਹਨਾਂ ਦਾ ਬਖਸ਼ਾ ਹੋਇਆ ਭੋਜਨ ਮੈਂ ਖਾਣਾ ਹੋਰ ਵਿਰੋਧ ਕਰਦਾ ਕੋਈ ਸ਼ਬਸੈਨਾ ਦਾ ਉੱਠਦਾ ਹੈ ਜਾਂ ਕੋਈ ਹੋਰ ਉੱਠ ਕੇ ਕਹਿੰਦਾ ਕਿ ਅਸੀਂ ਮਾਸਟਰ ਸੁਲੀਮ ਦਾ ਵਿਰੋਧ ਕਰਦੇ ਹਾਂ ਬਹੁਤ ਸਾਰੇ ਲੋਕ ਕਮੈਂਟਾਂ 'ਚ ਇਹ ਲਿਖ ਰਿਹਾ ਹੈ ਵੀ ਇਹ ਦੋਨਾਂ ਜਾਣਿਆਂ ਨੇ ਲੋਕਾਂ ਨੂੰ ਪਾਗਲ ਬਣਾਇਆ ਹੈ ਵੀ ਇਹ ਅੰਦਰੋਂ ਇਕੱਠੇ ਨੇ ਜਾਣ ਕੇ ਵਿਵਾਦ ਖੜਾ ਕੀਤਾ ਹੈ ਮੀਰਾ ਲੰਭਾਈ ਚਾਰੇ ਦਾ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਪੰਜਾਬ ਦੇ ਇਤਿਹਾਸ 'ਚ ਇੱਕ ਵੱਡਾ ਯੋਗਦਾਨ ਹੈ ਭਾਵੇਂ ਉਹ ਸਿੱਖ ਧਰਮ ਦੇ ਨਾਲ ਜੁੜਿਆ ਹੋਵੇ ਭਾਵੇਂ ਉਹ ਇਸਾਈ ਧਰਮ ਦੇ ਨਾਲ ਮੁਸਲਮਾਨ ਧਰਮ ਦੇ ਨਾਲ ਤੇ ਹਿੰਦੂ ਧਰਮ ਨਾਲ ਜ਼ਿਆਦਾਤਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੁਸਲਮਾਨ ਧਰਮ ਦੇ ਵਿੱਚੋਂ ਨਿਕਲਿਆ ਇਹ ਤਬਕਾ ਇੱਕ ਪਾਸੇ ਕੀਰਤਨ ਦੀ ਮਰਿਆਦਾ ਨਿਭਾਉਂਦਾ ਰਿਹਾ ਤੇ ਦੂਜੇ ਪਾਸੇ ਜਾਗਰਨ ਜਗਰ ਜਾਗਰਾਤਿਆਂ ਦੇ ਵਿੱਚ ਸੇਵਾ ਕਰਦਾ ਰਿਹਾ ਬੀਤੇ ਦਿਨੀ ਮਾਸਟਰ ਸਲੀਮ ਹੋਣਾ ਦਾ ਇੱਕ ਵਿਵਾਦ ਚੱਲਿਆ ਉੱਠਿਆ ਔਰ ਅੱਜ ਉਸ ਦੇ ਉੱਤੇ ਇੱਕ ਅਲਪ ਵਿਰਾਮ ਲੱਗਿਆ ਗੱਲ ਮੁੱਕ ਗਈ ਹੈ ਹੁਣ ਗੱਲ ਪੋਜ਼ਿਟਿਵਿਟੀ ਵੱਲ ਲੈ ਕੇ ਜਾਵਾਂਗੇ ਪਰ ਸਮਝਾਂਗੇ ਕਿ ਇਸ ਧਰਮ ਦੇ ਨਾਲ Hindu ਧਰਮ ਦੇ ਨਾਲ ਇਹਨਾਂ ਦਾ ਕੀ ਮੁਹੱਬਤ ਤੇ ਕੀ ਪਿਆਰ ਰਹੀ ਹੈ ਮਾਸਟਰ ਸਲੀਮ ਅੱਜ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ Hindu ਤਖਤ ਦੇ ਮੁਖੀ ਬ੍ਰਹਮਨੰਦ ਗਿਰੀ ਜੀ ਵੀ ਅੱਜ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਜੀ ਜੈ ਮਾ ਕਾਲ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਕਰ ਲਾਂ ਵਿਵਾਦ ਕੀ ਸੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਸਵਾਦ ਲੈਣ ਆਲਿਆਂ ਨੂੰ ਕਨ੍ਹਈਆ ਵਰਸਸ ਸਲੀਮ ਜਾਂ ਚਿੰਤਪੁਰਨੀ ਦਰਬਾਰ ਬਾਰੇ ਜੋ ਬਿਆਨ ਆਇਆ ਉਹਦੇ ਬਾਰੇ ਬਹੁਤ ਕੁਝ ਹੋਇਆ ਪਰ ਤੁਸੀਂ ਅੱਜ ਜੋ ਗੱਲਾਂ ਕੀਤੀਆਂ ਉਹ ਇਨ੍ਹਾਂ ਗੱਲਾਂ ਬਾਰੇ ਨਹੀਂ ਹੋਈਆਂ ਤੁਸੀਂ ਜਾਗਰਨ ਦੀ ਪ੍ਰਥਾ ਤੇ ਕਿਵੇਂ ਜਾਗਰਨ ਕਰਨਾ ਹੈ ਉਹਦੇ ਤੇ ਵੱਧ ਕੇਂਦਰਿਤ ਰਹੇ ਹੋ ਤਾਂ ਸਲੀਮ ਹੋਣਾ ਨਾਲ ਰੌਲਾ ਕੀ ਸੀ ਦੇਖੋ ਸਭ ਤੋਂ ਪਹਿਲਾਂ ਤੁਸੀਂ ਇਸ ਮਸਲੇ ਨੂੰ ਆਪਣੇ ਚੈਨਲ ਰਾਈ ਦਰਸ਼ਕਾਂ ਦੇ ਸਾਹਮਣੇ ਰੱਖਣ ਦਾ ਜਿਹੜਾ ਉਪਰਾਲਾ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਜੈ ਮਹਾਕਾਲ ਕਨਈਆ ਵਰਸਿਜ਼ ਸਲੀਮ ਜਾਂ ਸਲੀਮ ਵਰਸਿਜ਼ ਕਨਈਆ ਉਹ ਮੁੱਦਾ ਇੱਕ ਦੋ ਪਰਸਨਾਂ ਦਾ ਹੋ ਸਕਦਾ ਛੋਟਾ ਹੀ ਬਹੁਤ ਛੋਟੀ ਗੱਲ ਸੀ ਜੀ ਜਿਸ ਗੱਦੀ ਦੀ ਮੈਂ ਸੇਵਾ ਨਿਭਾ ਰਿਹਾ ਇਹ ਗੱਦੀ ਆਦੀ ਸ਼ੰਕਰਾਚਾਰੀਆ ਜੀ ਮਹਾਰਾਜ ਨੇ ਅੱਜ ਤੋਂ 2500 ਸਾਲ ਦੇ ਕਰੀਬ ਸਥਾਪਿਤ ਕੀਤੀ ਸੀ ਜੀ ਸੇਮ ਸ਼ੰਕਰ ਰੂਪ ਨੇ ਸਥਾਪਿਤ ਕੀਤੀ ਗੱਦੀ ਹੈ ਉਹ ਹੱਕ ਸੱਚ ਤੇ ਪਹਿਰਾ ਦੇਣਾ ਮੈਂ ਆਪਣਾ ਨੈਤਿਕ ਫਰਜ਼ ਸਮਝਦਾ ਜੀ ਕਿਉਂਕਿ ਕਿਤੇ ਵੀ ਸਲੀਮ ਜੀ ਦਾ ਜਿਹੜਾ ਸਿੱਧਾ ਟਕਰਾਇਆ ਸ਼੍ਰੀ ਹਿੰਦੂ ਤਖਤ ਨਾਲ ਨਹੀਂ ਸੀ ਠੀਕ ਹੈ ਜੇ ਦੂਜੇ ਪਾਸੇ ਵੇਖ ਲਿਆ ਜਾਏ ਤਾਂ ਮੈਂ ਬੜਾ ਟੂ ਦੀ 프랭ਕ ਗੱਲ ਕਰਨ ਵਾਲਾ ਬੰਦਾ ਵੀ ਸਲੀਮ ਜੀ ਨੇ ਅਜੇ ਆ ਵੀ ਕੁਝ ਨਹੀਂ ਕੀਤਾ ਜਿਹਦੇ ਨਾਲ ਆਪਾਂ ਬਿਲਕੁਲ ਹੀ ਬਾਈਕਾਟ ਕਰ ਦਈਏ ਇਹਨੂੰ ਸਜ਼ਾ ਦੇ ਦਈਏ ਕੋਈ ਫਾਈ ਟੰਗ ਦਈਏ ਹੂੰ ਠੀਕ ਹੈ ਪਰ ਤੁਸੀਂ ਵੀਡੀਓ ਪਾਈ ਮੈਂ ਪਾਈ ਉੱਥੇ ਵਿਰੋਧ ਕਰੋ ਜਾ ਕੇ ਅੱਗਾ ਲਾ ਦੇ ਮੈਂ ਭਾਈ ਸੁਣੋ ਮੇਰੀ ਗੱਲ ਸੁਣੋ ਮੈਂ ਪਾਈ ਮੈਂ ਉਹ ਸਾਰੇ ਬੰਦਿਆਂ ਦੇ ਖਿਲਾਫ ਹਾਂ ਜਿਹੜੇ ਗੈਰ ਹਿੰਦੂ ਜਾਗਰਣ ਕਰਦੇ ਸੀ ਉਹ ਸੁਣੋ ਕਿਉਂ ਹਾਂ ਪੂਰੀ ਲੌਜੀਕਲੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਜੀ ਹੂੰ ਜਿਹੜਾ ਸਲੀਮ ਉਹਨਾਂ ਦਾ ਪਰਿਵਾਰ ਹੈ ਤਿੰਨਾ ਚਾਰ ਪੀੜੀਆਂ ਤੋਂ ਚਲੋ ਆਪਾਂ ਜਿਹੜੇ ਜਿਹੜੀ ਉਮਰ 'ਚ ਮੈਂ ਹਾਂ 81 82 ਵਾਲੇ ਜਿਹੜੇ ਅਸੀਂ ਲੋਕ ਆ 83 ਵਾਲੇ ਅਸੀਂ ਭਲੀ ਭੰਤੀ ਪੂਰਨ ਸ਼ਾਹ ਕੋਟੀ ਜੀ ਦਾ ਨਾਂ ਤੋਂ ਵਾਕਿਵਾਂ ਬਿਲਕੁਲ ਸਾਰਾ ਪੰਜਾਬ ਵਾਕਿਵਾਂ ਉਹ ਇੱਕ ਆਪਣੇ ਆਪ 'ਚ ਯੂਨੀਵਰਸਿਟੀ ਹੈ ਜਿਨ੍ਹਾਂ ਆਵਾਜ਼ਾਂ ਬੁਲੰਦ ਕੀਤੀਆਂ ਆਵਾਜ਼ਾਂ ਨੂੰ ਸੁਆਰਿਆ ਸ਼ਿੰਗਾਰਿਆ ਤੇ ਸਮਾਜ ਦੀ ਸੇਵਾ ਲਈ ਮਿਰਸੇ ਵਾਸਤੇ ਕੱਲੇ ਜੀ ਉਹਨਾਂ ਦਾ ਹੀ ਆਪਣਾ ਸਪੂਤ ਮਾਈ ਦੀ ਸੇਵਾ ਬਚਪਨ ਤੋਂ ਕਰਦਾ ਆ ਰਿਹਾ ਹੂੰ ਤੇ ਸ਼ਾਹਕੁੱਟੀ ਜੀ ਆਪ ਵੀ ਮਾਈ ਦੀਆਂ ਨੇਕਾਂ ਪੇਟਾਂ ਵਾਂ ਜਗਰਾਤਿਆਂ 'ਚ ਦੇਖਣ ਨੂੰ ਮਿਲਦੇ ਹੁੰਦੇ ਜੀ ਇਹਨਾਂ ਨੇ ਕਦੀ ਵੀ ਕੋਈ ਵਿਵਾਦਕ ਕੰਮ ਨਹੀਂ ਕੀਤਾ ਚਲੋ ਐਤਕੀ ਜਿਹੜੀ ਇਹ ਗੱਲ ਹੋਈ ਹੈ ਵੀ ਮਾਤਾ ਵਾਲੀ ਪਿਤਾ ਵਾਲੀ ਜਿੰਨੀ ਕੁ ਗੱਲ ਹੋਈ ਉਹ ਹੋਈ ਉਹਦੇ ਤੇ ਜਿਹੜਾ ਰਿਐਕਸ਼ਨ ਸੀ ਸਾਰੇ ਲੋਕਾਂ ਨੇ ਦਿੱਤਾ ਜੀ ਪਰ ਜਿਹੜਾ ਮੇਰਾ ਰਿਐਕਸ਼ਨ ਸੀ ਉਹ ਬਿਲਕੁਲ ਵੱਖਰਾ ਹੈ ਮੇਰਾ ਸਲੀਮ ਜੀ ਦੇ ਉਸ ਰਿਐਕਸ਼ਨ ਨਾਲ ਕੋਈ ਉਹ ਨਹੀਂ ਸੀ ਜਿੰਨਾ ਕੁ ਲੋਕ ਬਣਦਾ ਸੀ ਉਹ ਰਿਐਕਟ ਅਸੀਂ ਕੀਤਾ ਮੈਂ ਨੰਗਲ ਵਾਲੇ ਜਾਗਰਨ ਦੇ ਖਿਲਾਫ ਸੀ ਕਿਉਂ ਸੀਗੇ ਇਹ ਹੀ ਸੁਣੋ ਮੈਂ ਦੱਸਦਾ ਕਿਉਂ ਸੀ ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਪਰਸਨੈਲਿਟੀ ਨੂੰ ਮਿਲਦੇ ਨਹੀਂ ਵਰਤਦੇ ਨਹੀਂ ਪਰਖਦੇ ਨਹੀਂ ਹਮ ਉਹਨੇ ਚਿਹਰ ਵਾਸਤੇ ਉਹ ਤੁਹਾਡਾ ਵਿਰੋਧੀ ਹੈ ਤੇ ਮੈਂ ਇਹਨਾਂ ਨੂੰ ਉਸ ਖੇਮੇ 'ਚ ਗਿਣਦਾ ਸੀ ਇਸਲਾਮੀ ਖੇਮੇ 'ਚ ਹੂੰ ਠੀਕ ਹੈ ਮੈਨੂੰ ਹਿਸਟਰੀ ਨਹੀਂ ਸੀ ਪਤਾ ਇਹਨਾਂ ਦੀ ਲਾਈਫ ਦੀ ਜਿਹੜੀ ਹਿਸਟਰੀ ਹੈ ਜਦੋਂ ਤੱਕ ਮੈਂ ਇਹਨਾਂ ਨੂੰ ਮਿਲਿਆ ਹੀ ਨਹੀਂ ਉਨੀ ਕੀ ਤੌਰ ਤੇ ਜਿਹੜੀ ਪਰਿਵਾਰਕ ਗੱਲਾਂ ਨੇ ਉਹ ਮੈਨੂੰ ਨਹੀਂ ਸੀ ਪਤਾ ਲੱਗਣੀਆਂ ਅੱਜ ਪਟਿਆਲੇ ਦੇ ਵਿੱਚੋਂ ਕੁਝ ਜਿਹੜੇ ਇਨਸਾਫ ਪਸੰਦ ਲੋਕ ਆ ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਆ ਸਨਾਤਨੀ ਵੀ ਆ ਕਿਸੇ ਗੈਰ ਧਰਮ ਚੋਂ ਨਹੀਂ ਹੂੰ ਉਹਨਾਂ ਨੇ ਲਿਆ ਕੇ ਇਹਨਾਂ ਦਾ ਪਰਿਵਾਰਕ ਪਿਛੋਕੜ ਬੜਾ ਵਿਸਥਾਰਪੂਰਵਕ ਜਿਵੇਂ ਮੈਂ ਹੋਰ ਕਿਤਾਬਾਂ ਨੂੰ ਰੀਡ ਕਰਦਾ ਉਹ ਮੇਰੇ ਸਾਹਮਣੇ ਰੱਖਿਆ ਤੇ ਮੈਂ ਪੜਿਆ ਹੂੰ ਪੜਨ ਤੋਂ ਬਾਅਦ ਮੈਂ ਨੈਤਿਕ ਜ਼ਿੰਮੇਵਾਰੀ ਸਮਝੀ ਵੀ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਉਹਨਾਂ ਦੀ ਗੱਲ ਸੁਣਨੀ ਸ਼੍ਰੀ ਹਿੰਦੂ ਤਖਤ ਦਾ ਫਰਜ਼ ਬਣਦਾ ਹੂੰ ਕਿਉਂਕਿ ਸ਼੍ਰੀ ਹਿੰਦੂ ਤਖਤ ਕਿਸੇ ਨਾਲ ਧੱਕਾ ਕਰਨ ਲਈ ਪੈਦਾ ਨਹੀਂ ਹੋਇਆ ਆਪਣੀ ਕੌਮ ਦੇ ਵਾਰਤ ਸੰਗਾਰ ਵਾਸਤੇ ਪੈਦਾ ਹੋਇਆ ਸੀ ਆਪਣੇ ਲੋਕਾਂ ਨੂੰ ਐਜੂਕੇਟਡ ਕਰਨ ਲਈ ਪੈਦਾ ਹੋਇਆ ਸੀ ਤੇ ਆਪਣੇ ਲੋਕਾਂ ਦੀ ਬੁੱਧੀ ਤੇ ਸੁੱਧੀ ਵਾਸਤੇ ਆਇਆ ਸੀ ਹੋਣ ਤੁਹਾਡਾ ਮਸਲਾ ਮੁੱਕਿਆ ਫਿਰ ਅੱਜ ਬਿਲਕੁਲ ਹੂੰ ਸਲੀਮ ਜੀ ਨੇ ਮਾਂ ਕਾਲੀ ਦੇ ਦਰਬਾਰ ਉਸ ਤੋਂ ਪਹਿਲਾਂ ਮਾਂ ਚਿੰਤਪੁਰਨੀ ਦੇ ਦਰਬਾਰ ਪੁਜਾਰੀਆਂ ਦੀ ਹਾਜ਼ਰੀ ਦੇ ਵਿੱਚ ਮਾਈ ਕੋਲੋ ਜਿਹੜੀ ਆਪਣੀ ਭੁੱਲ ਚੁੱਕਸੀ ਉਹਦੀ ਮਾਫੀ ਮੰਗੀ ਐ ਅਸੀਂ ਮਾਂ ਤੋਂ ਵੱਡੇ ਤਾਂ ਹੋ ਨਹੀਂ ਸਕਦੇ ਅਸੀਂ ਮਨੁੱਖਾਂ ਮਨੁੱਖੀ ਜਾਂਮੇ ਚ ਕਲਯੁਗੀ ਜੀਵ ਆ ਤੇ ਜੇ ਮਾਂ ਨੂੰ ਆਦੀ ਸ਼ਕਤੀ ਮੰਨਦੇ ਆ ਜਿਹੜਾ ਇਨਸਾਨ ਸਾਡੀ ਮਾਂ ਕੋਲ ਜਾ ਕੇ ਨਮਸਤਕ ਹੋ ਗਿਆ ਤੇ ਆਪਣੀ ਮਾਂ ਕਹਿੰਦਾ ਫਿਰ ਉਸ ਰੂਪੀ ਜੋ ਸਾਡਾ ਭਰਾ ਹੋਇਆ ਹੁਣ ਜੇ ਕੋਈ ਹੋਰ ਵਿਰੋਧ ਕਰਦਾ ਕੋਈ ਸ਼ਿਵ ਸੈਨਾ ਦਾ ਉੱਠਦਾ ਹੈ ਜਾਂ ਕੋਈ ਹੋਰ ਉੱਠ ਕੇ ਕਹਿੰਦਾ ਕਿ ਅਸੀਂ ਮਾਸਟਰ ਸਲੀਮ ਦਾ ਵਿਰੋਧ ਕਰਦੇ ਆਂ ਫਿਰ ਜਿਹੜੇ ਲੋਕ ਛੋਟੀ ਜਿਹੀ ਇੱਕ ਉਦਾਹਰਨ ਦੇ ਤੌਰ ਤੇ ਹਿੰਦੂ ਤਖਤ ਨੂੰ ਹਿੰਦੂ ਤਖਤ ਨਹੀਂ ਮੰਨਣਗੇ ਉਹ ਸਾਡੇ ਧਰਮ ਦੇ ਕੌਣ ਨੇ ਕਾਫਰ ਸਾਡੇ ਧਰਮ ਦੇ ਕੌਣ ਨੇ ਬਾਗੀ ਤੇ ਉਹ ਲੋਕ ਬਲੈਕਮੇਲਰ ਜਾਂ ਸਿਸਟਮੈਟਿਕਲੀ ਕਿਸੇ ਨੂੰ ਦੋ ਪਾੜ ਕਰਕੇ ਆਪਣੇ ਫਾਇਦੇ ਵਾਸਤੇ ਸਮਾਜ ਨੂੰ ਵੰਡ ਸਕਦੇ ਆ ਕੋਈ ਦਿੱਕਤ ਨਹੀਂ ਵੰਡੀ ਜਾਣ ਦੂਸਰੀ ਗੱਲ ਸਲੀਮ ਜੀ ਨੇ ਮਾਣ ਨਮਸਤਕ ਹੋ ਕੇ ਆਪਣੀ ਜਿਹੜੀ ਭੁੱਲ ਚੁੱਕ ਸੀ ਉਹ ਬਖਸ਼ਾਈ ਫਿਰ ਇੱਕ ਵਕਤ ਤਵਕੇ ਚ ਪੈਦਾ ਹੋ ਕੇ ਹੂੰ Hindu takht 'ਚ ਵਿਸ਼ਵਾਸ ਜਤਾਇਆ ਤੇ ਜਿਹੜਾ ਸ਼੍ਰੀ Hindu takht ਨੇ ਜਾਗਰਨ ਦਾ ਗ੍ਰੰਥ ਲਿਖਿਆ ਹੂੰ ਉਸ ਗ੍ਰੰਥ 'ਚ ਵੀ ਵਿਸ਼ਵਾਸ ਜਤਾਇਆ ਉਹਨੂੰ ਪੜ੍ਹਿਆ ਉਹਦਾ ਬਹੁਤ ਆਦਰ ਸਹਿਤ ਉਹਨੂੰ ਪ੍ਰਾਪਤ ਕੀਤਾ ਜਾਗਰਨ ਸੁਧਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਤੋਂ ਸ਼੍ਰੀ Hindu ਸੁਰੱਖਿਆ ਸੰਪਤੀ ਦੇ ਰਾਸ਼ਟਰੀ ਪ੍ਰਧਾਨ ਤੋਂ ਸਾਡੀ ਉੱਥੇ ਯੂਥ ਦੀ ਕਾਰਜਕਾਰੀ ਸੀ ਕੁਸ਼ਲ ਜਿਉਰੀ ਸਾਰੇ ਜਣੇ ਸਾਰੀ ਪੰਚਾਇਤ Hindu ਪੰਚਾਇਤ ਦੇ ਵਿੱਚ ਉਹਨਾਂ ਨੇ ਉਹ ਗ੍ਰੰਥ ਨੂੰ ਸਿਰ ਤੇ ਰੱਖਿਆ ਕਿੰਨਾ ਸਤਿਕਾਰ ਦਿੱਤਾ ਤੇ ਪਹਿਲਾਂ ਵੀ ਦੇਖੋ ਇਹ ਗੱਲ ਦੇਖਣ ਵਾਲੀ ਹੈ ਉਹਨੇ ਜਾ ਮੈਂ ਮੈਂ ਇਹਦੇ ਤੇ ਆ ਰਿਹਾ ਹਾਂ ਸਲੀਮ ਸਾਡੇ ਨਾਲ ਨੇ ਤੁਸੀਂ ਤੁਹਾਡੇ ਵਾਸਤੇ Hindu ਧਰਮ ਮਾਤਾ ਕੀ ਸਤਿਕਾਰ ਹੈ ਔਰ ਕਿਵੇਂ ਦੇਖੋ ਅ ਸਭ ਤੋਂ ਪਹਿਲਾਂ ਤੁਮੈਂ ਤੁਹਾਡਾ ਥੈਂਕਸ ਕਰਦਾ ਹਾਂ ਭਾਜੀ ਔਰ ਮਹਾਰਾਜ ਜੀ ਦਾ ਵੀ ਥੈਂਕਸ ਅ ਮੇਰੇ ਲਈ ਬਹੁਤ ਵੱਡਾ ਸਤਿਕਾਰ ਹਰ ਤਰਫ ਦਾ ਹੂੰ ਚਾਹੇ ਹੋ ਹਿੰਦੂ ਤਰਮੇ ਚਾਹੇ ਹੋ ਮੁਸਲਿਮ ਤਰਮੇ ਚਾਹੇ ਹੋ ਸਿੱਖੇਜ਼ਮੇ ਚਾਹੇ ਹੋ ਐਸਾਈ ਤਰਮੇ ਸਾਰੇ ਮੇਰੇ ਲਈ ਇੱਕ ਬਰਾਬਰ ਨੇ ਪਰ ਮੈਂ ਸ਼ੁਰੂ ਤੋਂ ਹੀ ਗੁਣਗਾਨ ਮਾਤਾ ਰਾਣੀ ਜੀ ਦਾ ਕਰਦਾ ਆ ਰਿਹਾ ਹੂੰ ਮੇਰਾ ਟੱਬਰ ਮੇਰੇ ਡੈਡੀ ਮੇਰੇ ਦਾਦਾ ਜੀ ਮੇਰੇ ਪਰਦਾਦਾ ਜੀ ਮੇਰੇ ਲੱਕੜ ਦਾਦਾ ਜੀ ਉਹ ਪੈਦਲ ਸ਼ਾਹ ਕੋਟ ਤੋਂ ਤੁਰ ਕੇ ਮਾਤਾ ਚਿੰਤਪੁਰਣੀ ਜੀ ਦੇ ਦਰਬਾਰ ਤੇ ਜਾਂਦੇ ਹੁੰਦੇ ਸੀ ਅੱਛਾ ਹਾਂਜੀ ਤੇ ਮੈਂ ਤਾਂ ਉਹਨਾਂ ਦੀ ਔਲਾਦ ਆ ਮੈਂ ਕਿੱਦਾਂ ਨਹੀਂ ਮਾਤਾ ਰਾਣੀ ਨੂੰ ਪਿਆਰ ਕਰੂੰਗਾ ਮੈਂ ਤਾਂ ਉਹਨਾਂ ਦੀ ਰੋਟੀ ਖਾਣਾ ਉਹਨਾਂ ਦੀ ਦਿੱਤੀ ਹੋਈ ਰੋਟੀ ਉਹਨਾਂ ਦਾ ਬਖਸ਼ਿਆ ਹੋਇਆ ਭੋਜਨ ਮੈਂ ਖਾਣਾ ਫਿਰ ਇਸ ਵਿਵਾਦ ਚ ਇੱਕ ਇੱਕ ਕਰਕੇ ਕਨਈਆ ਮਿੱਤਲ ਤੋਂ ਸ਼ੁਰੂ ਹੁੰਦਾ ਜੀ ਜੀ ਉਹ ਕਹਿੰਦੇ ਆ ਕਿ ਜਿਹੜੇ ਮੀਰ ਆਲਮ ਭਾਈਚਾਰੇ ਦੇ ਲੋਕ ਆ ਉਹ ਨਾ ਜਾਗਰਨ ਕਰਨ ਕੱਲਾ ਹਿੰਦੂ ਜਾਗਰਣ ਕਰੇ ਉੱਥੋਂ ਸ਼ੁਰੂਆਤ ਹੁੰਦੀ ਹੁੰਦੀ ਫਿਰ ਚਿੰਤਪੁਰਨੀ ਦਰਬਾਰ ਬਾਰੇ ਤੁਸੀਂ ਬਿਆਨ ਦੇਗੇ ਫਿਰ ਉੱਥੇ ਮਾਫੀ ਮੰਗਣੀ ਪਈ ਜਾ ਕੇ ਜੀ 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 ਇਹ ਗਲਤੀਆਂ ਇੱਕ ਤੋਂ ਬਾਅਦ ਮਾਂ ਤੋਂ ਮਾਫੀ ਮੰਗਣ ਦਾ ਮੈਨੂੰ ਕੋਈ ਉਹ ਨਹੀਂ ਹੈ ਮਾਂ ਤਾਂ ਮਾਂ ਹੈ ਉਹਦੇ ਤੋਂ ਤਾਂ ਮਾਫੀ ਮੈਂ 100 ਜਨਮ ਵੀ ਮੰਗਦਾ ਰਵਾਂ ਮੈਨੂੰ ਉਹਦਾ ਕੋਈ ਉਹ ਨਹੀਂ ਹੈ ਕੋਈ ਮੇਰੇ ਲਈ ਉਹ ਕਾਟੇ ਵਾਲੀ ਗੱਲ ਨਹੀਂ ਹੈ ਮੇਰੇ ਲਈ ਉਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਮੈਂ ਆਪਣੀ ਮਾਂ ਚਿੰਤਾਪੁਰਨੀ ਜੀ ਦੇ ਚਰਨਾਂ 'ਚ ਜਾ ਕੇ ਜਿਹੜਾ ਮੇਰੇ ਤੋਂ ਲਫ਼ਜ਼ਾਂ ਦਾ ਹੇਰ ਫੇਰ ਹੋਇਆ ਸੀ ਹੂੰ ਜਿਹੜੀ ਗੱਲ ਹੋਈ ਵੀ ਸੀ ਉਹ ਵੀ ਮੈਂ ਮਾਤਾ ਰਾਣੀ ਨੂੰ ਮਾੜਾ ਨਹੀਂ ਆਖਿਆ ਹੂੰ ਬਿਲਕੁਲ ਨਹੀਂ ਆਖਿਆ ਹੂੰ ਉਸ ਵੀਡੀਓ 'ਚ ਵੀ ਮੈਂ ਮਾਤਾ ਰਾਣੀ ਨੂੰ ਮਾੜਾ ਨਹੀਂ ਆਖਿਆ ਔਰ ਉਸ ਵੀਡੀਓ 'ਚ ਮੇਰੇ ਜਿਹੜੇ ਗੁਰੂ ਨੇ ਅਧਿਆਤਮਿਕ ਗੁਰੂ ਨੇ ਜਿਹੜੇ ਬਾਬਾ ਮਰਾਦ ਸ਼ਾਹ ਜੀ ਬਾਬਾ ਲਾਡੀ ਸ਼ਾਹ ਜੀ ਉਹਨਾਂ ਨੂੰ ਵੀ ਮੈਂ ਬੁਰਾ ਨਹੀਂ ਆਖਿਆ ਉਹਦੇ 'ਚ ਇੱਕ ਲਫ਼ਜ਼ ਦਾ ਹੇਰ ਫੇਰ ਹੋ ਗਿਆ ਤੇਰਾ ਮੇਰਾ ਤੇਰਾ ਮੇਰਾ ਹਨਾ ਜਿੱਥੇ ਮੇਰਾ ਹੋਣਾ ਸੀ ਉੱਥੇ ਤੇਰਾ ਹੋ ਗਿਆ ਜਿੱਥੇ ਤੇਰਾ ਹੋਣਾ ਸੀ ਉੱਥੇ ਮੇਰਾ ਹੋ ਗਿਆ ਔਰ ਚਲੋ ਉਹ ਹੋ ਜਾਂਦਾ ਹੈ ਆਪਾਂ ਇਨਸਾਨ ਆ ਇਨਸਾਨ ਤੋਂ ਗਲਤੀ ਹੋਣੀ ਲਾਜ਼ਮੀ ਹੈ ਹਮ ਇੱਥੇ ਕੋਈ ਵੀ ਐਸਾ ਬੰਦਾ ਨਹੀਂ ਜਿਹਦੇ ਤੋਂ ਗਲਤੀ ਨਹੀਂ ਹੁੰਦੀ ਜਦੋਂ ਤੁਸੀਂ ਜਾਗਰਣ ਕਰਦੇ ਹੋ ਜਦੋਂ ਮੇਰੀ 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 ਗੱਲ ਵਿੱਚੇ ਰਹਿ ਗਈ ਮੱਕੜ ਸਾਹਿਬ ਮੈਂ ਪੂਰੀ ਕਰਨੀ ਚਾਹਨਾ ਕੋਈ ਵੀ ਐਸਾ ਇਨਸਾਨ ਨਹੀਂ ਜੇ ਤੂੰ ਇੱਥੇ ਇਸ ਜ਼ਮੀਨ ਦੇ ਉੱਤੇ ਇਸ ਧਰਤੀ ਤੇ ਜਿਹਦੇ ਤੋਂ ਗਲਤੀ ਨਹੀਂ ਹੋਈ ਵੱਡੇ ਵੱਡੇ ਲੋਕਾਂ ਤੋਂ ਹੋ ਜਾਂਦੀ ਹੈ ਬਿਲਕੁਲ ਤੇ ਗਲਤੀ ਦੀ ਆਖਿਰ ਵਿੱਚ ਮਾਫੀ ਹੁੰਦੀ ਹੈ ਹਮ ਔਰ ਜਿਹੜਾ ਬੰਦਾ ਗਲਤੀ ਆਪਣੀ ਸਮਝ ਜਾਵੇ ਮੰਨ ਲਵੇ ਤੇ ਉਹ ਟਾਈਮ ਸਿਰ ਜਾ ਕੇ ਉਸ ਗਲਤੀ ਨੂੰ ਸੁਧਾਰ ਲਵੇ ਉਹ ਵੀ ਅੱਛੀ ਗੱਲ ਹੈ ਨਾ ਮੈਨੂੰ ਪਤਾ ਲੱਗਾ ਕਿ ਨਹੀਂ ਇੱਥੇ ਤੇਰਾ ਮੇਰਾ ਉਹਦਾ ਰਫੜ ਪਿਆ ਹੋਇਆ ਹੈ ਨਾ ਤੇ ਮੈਨੂੰ ਮੰਗਣੀ ਚਾਹੀਦੀ ਹੈ ਮਾਫੀ ਮੈਂ ਕਦੀ ਵੀ ਮਾਤਾ ਰਾਣੀ ਤੋਂ ਉੱਤੇ ਕਿਸੇ ਨੂੰ ਨਹੀਂ ਆ ਕਿਹਾ ਹਮਮ ਔਰ ਨਾ ਹੀ ਹੋ ਸਕਦਾ ਕਿਉਂਕਿ ਤੁਹਾਡੀ ਆਪਣੀ ਮਾਂ ਵੀ ਤੇ ਜਿਹੜੀ ਜਗਤ ਦੀ ਮਾਂ ਹੈ ਉਹ ਉਹਦੇ ਤੋਂ ਵੱਡਾ ਕੋਈ ਨਹੀਂ ਹੈ ਮਾਂ ਤਾਂ ਹਰ ਧਰਮ 'ਚ ਲਿਖਿਆ ਗਿਆ ਹਰ ਧਰਮ 'ਚ ਕਿਹਾ ਗਿਆ ਕਿ ਮਾਂ ਤੋਂ ਵੱਡਾ ਕੋਈ ਨਹੀਂ ਹਮ ਮਾਂ ਤੋਂ ਵੱਡਾ ਇਸ ਦੁਨੀਆ 'ਚ ਕੋਈ ਨਹੀਂ ਤੇ ਮੈਂ ਕਿਦਾਂ ਇਹ ਗੁਸਤਾਖੀ ਕਰ ਸਕਦਾ ਕਿ ਮੈਂ ਆਪਣੀ ਮਾਂ ਦੀ ਸ਼ਾਨ 'ਚ ਕੋਈ ਲਫ਼ਜ਼ ਮਾਰਾਂ ਬਿਲਕੁਲ ਨਹੀਂ ਉਹ ਥੋੜੀ ਮਿਸ ਅੰਡਰਸਟੈਂਡਿੰਗ ਹੋਈ ਤੇ ਜਿਹੜੇ ਮੇਰੇ ਭਰਾ ਮੇਰਾ ਨਰਾਜ਼ ਸੀ ਜਾਂ ਨਹੀਂ ਹਮ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਕਹਿਣਾ ਚਾਹਿਓ ਸ਼ਿਵ ਸੈਨਾ ਵਾਲੇ ਨੇ ਚਾਹੇ ਉਹ ਹੋਰ ਸੰਗਠਨ ਜਿਹੜੇ ਉਹ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੈਂ ਤੁਹਾਡਾ ਆਪਣਾ ਭਰਾ ਵਾਂ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਬੱਚਾ ਹੈ ਨਾ ਹਮ ਤੇ ਮੈਂ ਤਾਂ 25-30 ਸਾਲਾਂ ਤੋਂ ਮਾਤਾ ਰਾਣੀ ਦੀ ਸੇਵਾ ਕਰਦਾ ਆ ਰਿਆਂ ਜੇ ਮੇਰੇ ਤੋਂ ਲਫ਼ਜ਼ ਇੱਧਰ ਉੱਧਰ ਹੋ ਗਿਆ ਤੇ ਯਾਰ ਮੈਨੂੰ ਮਾਫ਼ ਕਰੋ ਮੈਂ ਤੁਹਾਡਾ ਆਪਣਾ ਤੁਸੀਂ ਤਾਂ ਮੈਨੂੰ ਆਪਣੀਆਂ ਆਪਣੇ ਹੱਥਾਂ ਤੇ ਚੁੱਕਿਆ ਬਿਲਕੁਲ ਤੁਸੀਂ ਮੈਨੂੰ ਇੰਨਾ ਮਾਣ ਪਿਆਰ ਦਿੱਤਾ ਹੈ ਇੰਨਾ ਮਾਣ ਸਤਿਕਾਰ ਦਿੱਤਾ ਹੈ ਜੇ ਤੁਸੀਂ ਮੇਰੇ ਨਾਲ ਐਦਾਂ ਕਰੋਗੇ ਤੇ ਮੈਂ ਕਿੱਥੇ ਜਾਊਂਗਾ ਇੱਕ ਵਿਧੀ ਦਾ ਤੁਸੀਂ ਅੱਜ ਤੁਸੀਂ ਪਰੰਪਰਾ ਦਾ ਜ਼ਿਕਰ ਕੀਤਾ ਹੈ ਬਰਮਨੰਦ ਗਿਰੀ ਜੀ ਕਿ ਉਹ ਕਿਹੜੀ ਪਰੰਪਰਾ ਹੈ ਸ਼ਾਰਟ ਚ ਦੱਸੋ ਕੀ ਸਲੀਮ ਕੋਈ ਇਹੋ ਜੀ ਕੋਤਾਹੀ ਕਰ ਰਿਹਾ ਆ ਆਪਦੇ ਜਾਗਰਣ ਕਰਨ ਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਸ ਪਰੰਪਰਾ ਤੋਂ ਬਾਹਰ ਜਾ ਕੇ ਕੀਤੀ ਗਈ ਮੈਂ ਸਲੀਮ ਜੀ ਦੇ ਜਾਗਰਣ ਤੇ ਕਿਨਤੂ ਪਰੰਤੂ ਨਹੀਂ ਕੀਤਾ ਹੂੰ ਠੀਕ ਹੈ ਜੇ ਨਿੱਕ ਸਲੀਮ ਦੀ ਗਲਤੀ ਸੀ ਦੇਖਣ ਚਾਹੀਈ ਸੁਣਨ ਚਾਹੀਈ ਵੇਖਿਆ ਉਦੋਂ ਜਿਹੜੇ ਹੁਣ ਲੋਕ ਅੱਜ ਵਿਰੋਧ ਕਰ ਰਹੇ ਆ ਜਿਹੜੇ ਇਸ ਮਾਫੀ ਨਾਮੇ ਤੋਂ ਬਾਅਦ ਵੀ ਜੋ ਹਿੰਦੂ ਤਖਤ ਨੇ ਡਿਸੀਜਨ ਲਏ ਉਸ ਤੋਂ ਬਾਅਦ ਵੀ ਜੇ ਕੋਈ ਕਿਨਤੂ ਪਰੰਤੂ ਕਰਦੇ ਆ ਕੋ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਉਹ ਸਨਾਤਨੀ ਵਾਲੇ ਪਾਸੇ ਵੀ ਥੋੜਾ ਝਾਕ ਲੈਣਾ ਚਾਹੀਦਾ ਹੈ ਵੀ ਜਿਹੜੇ ਆਪਣੇ ਰੈਪਰਾਂ ਦੀ ਗਿਣਤੀ ਇੱਕ ਰੈਪਿਸਟ ਨਾਲ ਕਰ ਦਿੰਦੇ ਆ ਹੂੰ ਠੀਕ ਹੈ ਜੇ ਇਸ ਭਰਾ ਦੇ ਵਾਸਤੇ ਆਪਾਂ ਸਜਾ ਲਈ ਤੁਰਪੇ ਇਹਦਾ ਵਿਰੋਧ ਕਰਨੀ ਤੁਰਪੇ ਤੇ ਥੋੜਾ ਜਿਹਾ ਜਿਹਾ ਐਡਾ ਹੀ ਜਮੀਰ ਜੀ ਹੁੰਦਾ ਹੈ ਹੂੰ ਜਾਗਦਾ ਹੈ ਤੇ ਉਹਨਾਂ ਲੋਕਾਂ ਵਾਲੇ ਪਾਸੇ ਨੂੰ ਮੂੰਹ ਕਰਨਾ ਚਾਹੀਦਾ ਹੈ ਜਿਹੜੇ ਸਰਸੇ ਵਾਲੇ ਰੈਪਿਸਟ ਨੂੰ ਮਾਂ ਸੀਤਾ ਨਾਲ ਤੁਲਨਾ ਕਰ ਦਿੰਦੇ ਆ ਵੀ ਕੈਰੈਕਟਰ ਸੇਮ ਹੈ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਨਾ ਜਿਹੜੇ ਸਾਡੇ ਸ਼ਿਪ ਸੈਨਿਕ ਨੇ ਹੂਰ ਨੇ ਹਿੰਦੂ ਜਿੱਥੇ ਹਿੰਦੂ ਜਿੱਥੇ ਬੰਦੀਆਂ ਦੇ ਭਰਾ ਨੇ ਮੇਰੇ ਵੀ ਦੇਖੋ ਕਿਤੇ ਤਾਂ ਨਹੀਂ ਵੀ ਸਲੀਮ ਨਹੀਂ ਸਲੀਮ ਨੇ ਮੋਲੇ ਤੇ ਬੰਦੂਕ ਰੱਖ ਕੇ ਚਲਾਈ ਕਿਤੇ ਹੋਰ ਰੌਲਾ ਕੁਝ ਹੋਰ ਸੀ ਮੇਰੀ ਮੇਰੀ ਗੱਲ ਮੇਰੀ ਗੱਲ ਪੂਰੀ ਹੋ ਜਾ ਬਚਾਰਾ ਸਲੀਮ ਨੂੰ ਬਣਾ ਲਿਆ ਮੇਰੀ ਗੱਲ ਪੂਰੀ ਹੋ ਲੈਣ ਦਿਓ ਮੈਂ ਤਾਂ ਸ਼ੁਰੂ ਤੋਂ ਹੀ ਬਚਾਰਾ ਜੀ ਮੈਂ ਤਾਂ ਮੇਰੇ ਲਈ ਸਾਰੇ ਸਨਮਾਨਯੋਗ ਨੇ ਮੈਂ ਸਾਰਿਆਂ ਦਾ ਸਨਮਾਨ ਕਰਦਾ ਮੈਂ ਹਮੇਸ਼ਾ ਇਸਲਾਮਿਕ ਲੋਕਾਂ ਦੀ ਜਿਹੜੇ ਮਸਲੇ ਸਨਾਤਨੀ ਲੋਕਾਂ ਦੇ ਮਸਲੇ ਦੇ ਵਿੱਚ ਡਿਬੇਟਸ ਕੀਤੀਆਂ ਇੰਟਰਵਿਊ ਕੀਤੀਆਂ ਅੱਜ ਵੀ ਮੇਰਾ ਸਟੈਂਡ ਉੱਥੇ ਹੀ ਹੈ ਹੂੰ ਵੀ ਉਹਨਾਂ ਲੋਕਾਂ ਨੂੰ ਦੋ ਦੇਸ਼ ਦਿੱਤੇ ਸਾਡੇ ਕੋਲ ਇਕ ਰਿਆ ਤੇ ਜੇ ਇਕ ਰਿਆ ਤੇ ਉਹ ਜਿਹੜਾ ਮੇਰਾ ਸਟੈਂਡ ਅੱਜ ਵੀ ਉੱਥੇ ਹੀ ਹੈ ਹੂੰ ਠੀਕ ਹੈ ਉਤੋਂ ਮੈਂ ਨਾ ਤੇ ਲੱਗੇ ਹੋਇਆ ਨਾ ਪਿੱਛੇ ਗਿਆ ਪਰ ਸਲੀਮ ਦੀ ਮਾਤਾ ਪ੍ਰਤੀ ਭਗਤੀ ਦੇਖਦਿਆਂ ਹੋਇਆ ਠੀਕ ਹੈ ਉਹਨਾਂ ਦੇ ਪਰਿਵਾਰ ਦਾ ਪਛੋਕੜ ਦੇਖਦਿਆਂ ਹੋਇਆ ਉਹ ਬਹੁਤ ਜਿਹੜੀ ਉਹਨੇ ਗਲਤੀ ਸੀ ਜਿਹੜਾ ਜ਼ਬਾਨ ਦਾ ਹੇਰ ਫੇਰ ਸੀ ਉਸ ਇਨਸਾਨ ਨੇ ਨਿਰਮਤਾ ਦੇ ਸਹਿਤ ਮਾਂ ਨੂੰ ਨਮਸਤਕ ਹੋ ਕੇ ਯਾਰ ਹਿੰਦੂ ਤਖਤ ਹਿੰਦੂਆਂ ਦਾ ਸਨਾਤਨੀਆਂ ਦਾ ਉੱਥੇ ਆ ਕੇ ਉਸ ਇਨਸਾਨ ਨੇ ਉਸ ਗ੍ਰੰਥ ਦਾ ਸਤਿਕਾਰ ਕਰਕੇ ਆਪਣੀ ਗਲਤੀ ਮੰਨ ਲਈ ਮੈਂ ਉਹ ਹੀ ਕਹਿ ਰਹੇ ਹਾਂ ਕਿ ਉਹ ਪਰੰਪਰਾ ਕੀ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਉੱਥੇ ਗੀਤ ਨਹੀਂ ਗਾ ਸਕਦੇ ਤੁਸੀਂ ਅੱਜ ਇਹ ਵੀ ਦੱਸ ਰਹੇ ਸੀ ਅਸੀਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਮੈਂ ਔਰ ਸਲੀਮ ਕਿ ਨੱਚ ਵੀ ਨਹੀਂ ਸਕਦੇ ਜਾਗਰਨ ਦੇ ਤੁਹਾਨੂੰ ਉਹ ਫਿਲਮੀ ਤਰ੍ਹਾਂ ਦੇ ਜਿਹੜੀਆਂ ਪੇਟਾਂ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਸਾਡੀ ਬੈਂਦਿਆਂ ਪੰਚਾਇਤ ਤੇ ਕਲੀਅਰ ਕਰਤੀ ਵੀ ਮੇਰੀ ਇੱਕ ਪੇਟ ਫਿਲਮੀ ਤਰਜ਼ ਦੇ ਦੱਸੋ ਉਹਨਾਂ ਨੇ ਕਦੀ ਉਹ ਕਹਿੰਦੇ ਮੈਂ ਗਾਈ ਨਹੀਂ ਕਿਹਨਾਂ ਨੇ ਸਲੀਮ ਜੀ ਨੇ ਵੀ ਮੈਂ ਕਦੀ ਗਾਈ ਨਹੀਂ ਕਨਈਆ ਮਿੱਤਲ ਤਾਂ ਅੱਧੀਆਂ ਨਾਲੋਂ ਜ਼ਿਆਦਾ ਉਹਦੇ ਤੇ ਗਾਉਂਦੇ ਮੈਂ ਪ੍ਰਭੂ ਪਹਿਲਾ ਸਵਾਲ ਤਾਂ ਤੁਹਾਨੂੰ ਉਹਨਾਂ ਤੇ ਕਰ ਦੇਣਾ ਚਾਹੀਦਾ ਮੈਂ ਪ੍ਰਭੂ ਉੱਥੀ ਆ ਉਹਨਾਂ ਤੁਹਾਡੇ ਕੋਲ ਉਹ ਕਹਿੰਦੇ ਵੀ ਮੈਂ ਨਹੀਂ ਕਦੀ ਗਾਈ ਇਸ ਕਰਕੇ ਉਹਨਾਂ ਤੇ ਉਹ ਜਿਹੜਾ ਪ੍ਰਸ਼ਨ ਚਿੰਨ ਹੈ ਉਹਦੇ ਵਾਲਾ ਨਈਮਾ ਵਾਲੀ ਵਾਲਾ ਉਹ ਲੱਗਦਾ ਨਹੀਂ ਉਹ ਕਹਿੰਦੇ ਮੈਂ ਡਾਲ ਨਹੀਂ ਲੈਂਦਾ ਹੂੰ ਦਲ ਤੇ ਦਲ ਦੀ ਕੀ ਪ੍ਰਥਾ ਹੈ ਇਹ ਸਮਝਾਉ ਤੁਹਾਨੂੰ ਮਾਈ ਨੂੰ ਨਮੰਤਰਣ ਕਰਨਾ ਵੀ ਸਾਡੇ ਘਰ ਜਿਹੜਾ ਜਾਗਰਣ ਹੈ ਪੁਰਾਣੇ ਆਦੀ ਕਾਲ ਸਮੇਂ ਦੇ ਵਿੱਚ ਹੂੰ ਉਸ ਸਮੇਂ ਜਾ ਕੇ ਮੰਡਲੀਆਂ ਨੂੰ ਨਮੰਤਰਣ ਕੀਤਾ ਜਾਂਦਾ ਸੀ ਚੌਲ ਤੇ ਗੁੜ ਦੇ ਕੇ ਵੀ ਤੁਸੀਂ ਸਾਡੇ ਘਰ ਜਾਗਰਣ ਕਰਨ ਲਈ ਆਉਣਾ ਹੈ ਹੂੰ ਤੇ ਉਸ ਸਮੇਂ ਜਿੰਨੀ ਕਿ ਸ਼ਰਧਾ ਹੁੰਦੀ ਤੇ ਰੁਪਈਆ ਸਵਾ ਰੁਪਈਆ ਜੋ ਭੇਟਾ ਹੁੰਦੀ ਸੀ ਉਹ ਦੇ ਕੇ ਉਹ ਪੇਟਾ ਕੌਣ ਲੈਂਦਾ ਜਿਹੜੇ ਮਾਂ ਮਾਹੀ ਦੇ ਭਗਤ ਕੀਰਤਨ ਕਰਨ ਆਉਂਦੇ ਸੀ ਰਾਗ ਤੁਸੀਂ ਕਹਿ ਰਹੇ ਹੋ ਇਹ ਡਲ ਨਹੀਂ ਕਰ ਸਕਦੇ ਨਹੀਂ ਉਹ ਕਹਿੰਦੇ ਮੈਂ ਕਰਦਾ ਹੀ ਨਹੀਂ ਉਹ ਕਿਉਂ ਨਹੀਂ ਕਰਦਾ ਜੀ ਤੁਸੀਂ ਕਰਦਾ ਨਹੀਂ ਉਹ ਉਹ ਉੱਤਰ ਦੇ ਦੇ ਉਹ ਇਹ ਇੱਕ ਇੱਕ ਕਰਕੇ ਮੈਂ ਆ ਰਿਹਾ ਤੁਸੀਂ ਕਰਦੇ ਨਹੀਂ ਕੀ ਆ ਕਰਦੇ ਹੋ ਪਤਾ ਕੀ ਚੱਕਰ ਹੈ ਜੀ ਜਿਹੜਾ ਡਲ ਹੈ ਨਾ ਹਰ ਚੀਜ਼ ਦੀ ਇੱਕ ਆਪੋ ਆਪਣੀ ਮਾਤਾ ਰਾਣੀ ਨੇ ਸਭ ਦੀ ਡਿਊਟੀ ਲਈ ਹੈ ਔਰ ਮਰਿਆਦਾ ਹੈ ਹੈਨਾ ਠੀਕ ਹੈ ਮੈਂ ਪੱਕਾ ਭਜਨ ਨਹੀਂ ਗਾਉਂਦਾ ਜੀ ਠੀਕ ਹੈ ਤੇ ਪੱਕਾ ਭਜਨ ਹੋਰ ਵੀ ਮੇਰੇ ਜਿਹੜੇ ਭਰਾ ਜਾਗਰਣ ਕਰਦੇ ਨੇ ਉਹ ਵੀ ਨਹੀਂ ਗਾਉਂਦੇ ਹੂੰ ਜਿਹੜੀ ਜਾਗਰਣ ਹੈ ਜਿਹੜੇ ਮੀਰ ਆलम भाईचारे ਦੇ ਜਿੰਨੇ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਉਹ ਪੱਕਾ ਭਜਨ ਨਹੀਂ ਕਰਦਾ ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਮੈਂ ਸਾਰਿਆਂ ਦੀ ਵੀ ਨਹੀਂ ਕਰਦਾ ਮੈਂ ਸਰ ਮੈਂ ਸਾਰਿਆਂ ਦੀਆਂ ਗੱਲਾਂ ਕੜਈਆ ਮਿੱਤਲ ਜਿਹੜੇ ਨੇ ਉਹ ਪੱਕਾ ਭਜਨ ਕਰਦੇ ਉਹ ਕਰਦੇ ਨਹੀਂ ਜਾਗਰਣ ਉਹ ਚੌਂਕੀ ਲਾਂਦਾ ਘੰਟੇ ਦੋ ਘੰਟੇ ਦੀ ਅੱਛਾ ਤੁਸੀਂ ਫਰਕ ਸਮਝਾਓ ਉਹ ਵੀ ਜਾਗਰਣ ਕਰਦੇ ਨੇ ਸਭ ਕੁਝ ਕਰਦੇ ਨੇ ਔਰ ਕਰਨਾ ਵੀ ਚਾਹੀਦਾ ਐਡੀ ਵੀ ਕੋਈ ਗੱਲ ਨਹੀਂ ਬਟ ਜਿਹੜੀ ਜਿਹੜੀ ਦਲ ਵਾਲੀ ਪ੍ਰਥਾ ਹੈ ਉਹ ਅਸੀਂ ਨਹੀਂ ਗ੍ਰੈਂਡ ਕਰ ਸਕਦੇ ਠੀਕ ਹੈ ਕਿਉਂਕਿ ਅਸੀਂ ਕਦੇ ਕੀਤਾ ਵੀ ਨਹੀਂ ਤੁਸੀਂ ਨਹੀਂ ਜੀ ਅੱਜ ਤੱਕ 25 ਸਾਲਾਂ ਨਹੀਂ 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 ਜੀ ਉਹ ਤਾਂ ਕਾਹਵੇਂ ਨਾਲ ਕੋਈ ਇਹ ਨਾ ਹੋਵੇ ਮੈਂ ਵੀਡੀਓ ਕੱਢ ਲਿਆਵਾ ਭਾਜੀ ਕਈ ਵਾਰੀ ਆਉਂਦੇ ਆ ਉਹ ਸਾਡੇ ਆਫਿਸ 'ਚ ਰੱਖ ਕੇ ਜਾਂ ਇਦਾਂ ਚਲੇ ਜਾਂਦੇ ਆ ਪਰ ਉਹ ਅਸੀਂ ਗ੍ਰੈਂਡ ਨਹੀਂ ਕਰ ਸਕਦੇ ਤੁਸੀਂ ਗ੍ਰੈਂਡ ਨਹੀਂ ਕਰ ਸਕਦੇ ਕਿਉਂ ਕਿ ਕਿਉਂਕਿ ਉਹ ਜਿਹੜੀ ਇੱਕ ਵਿਧੀ ਜਿਹੜੀ ਵਿਧੀ ਵਿਧਾਨ ਜਿਹੜਾ ਬਣਾਇਆ ਹੋਇਆ ਜਾਗਰਣ ਦਾ ਉਹਦੇ 'ਚ ਜਿਹੜੇ ਮਹੰਤ ਜੀ ਨੇ ਜਿਹੜੇ ਸਾਡੇ ਤੋਂ ਪਹਿਲਾਂ ਅਮ ਅ ਸ਼੍ਰੀ ਗਣੇਸ਼ ਮਹਾਰਾਜ ਦਾ ਆਵਾਹਨ ਕਰਦੇ ਨੇ ਠੀਕ ਹੈ ਔਰ ਸਾਡਾ ਟਾਈਮ ਹੁੰਦਾ ਵਿੱਚ ਵਿਚਕਾਲੇ ਪਹਿਲਾਂ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਹੁੰਦੀ ਆ ਪੂਜਾ ਉਸ ਤੋਂ ਬਾਅਦ ਜੇ ਕੋਈ ਹੋਰ ਪਾਰਟੀ ਹੈ ਤੇ ਉਹ ਗਾਉਂਦੀ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਗਾਉਨੇ ਆ ਫਿਰ ਤੁਸੀਂ ਗਾਉਨੇ ਹੋ ਫਿਰ ਉਸ ਤੋਂ ਬਾਅਦ ਤਾਰਾ ਰਾਣੀ ਜੀ ਦੀ ਕਥਾ ਹੁੰਦੀ ਤੇ ਤਾਰਾ ਰਾਣੀ ਤੁਸੀਂ ਨਹੀਂ ਕਰਦੇ ਤਾਰਾ ਰਾਣੀ ਜੀ ਦੀ ਕਥਾ ਵੀ ਨਹੀਂ ਮੈਂ ਕਰਦਾ ਜੀ ਤਾਰਾ ਰਾਣੀ ਜੀ ਦੀ ਕਥਾ ਰਿਸਪੈਕਟਿਡ ਜਿਹੜੀ ਮਹੰਤ ਬਰਾਦਰੀ ਆ ਸਾਡੀ ਜਿਹੜੇ ਮਹੰਤ ਨੇ ਉਹ ਕਰਦੇ ਨੇ ਔਰ ਗਣੇਸ਼ ਮਹਾਰਾਜ ਦਾ ਆਵਾਹਨ ਵੀ ਉਹੀ ਕਰਦੇ ਨੇ ਔਰ ਜਦੋਂ ਜਿਹੜੀ ਜਿਹੜੀ ਜੋਤ ਲਿਆਂਦੀ ਹੈ ਉਹਦੇ ਤੇ ਵੀ ਮਹੰਤ ਜੀ ਦਾ ਇੱਕ ਕੋਈ ਉਹਨਾਂ ਦਾ ਕੋਈ ਬੰਦਾ ਜਾਂ ਕੋਈ ਉਹ ਆਪ ਜਾਂ ਉਹੀ ਬੈਠੇ ਰਹਿੰਦੇ ਨੇ ਮਾਤਾ ਰਾਣੀ ਜੀ ਦੀ ਜੋਤ ਚ ਕਿਉਂ ਪਾਉਂਦੇ ਰਹਿੰਦੇ ਨੇ ਤੇ ਜਿਹੜਾ ਆਉਂਦਾ ਹੈ ਉਹਨੂੰ ਤਿੱਕਾ ਵੀ ਲਾਉਂਦੇ ਨੇ ਤਿਲਕ ਵੀ ਔਰ ਤੁਸੀਂ ਕੋਈ ਆਪ ਦਾ ਕਦੇ ਗੀਤ ਵੀ ਨਹੀਂ ਗਾਉਂਦੇ ਪਹਿਲਾਂ ਕਦੇ ਇੱਕ ਅੱਧੀ ਵਾਰੀ ਕੋਈ ਹੋ ਗਿਆ ਹੋਵੇ ਤਾਂ ਗਲਤੀ ਹੋਊਗੀ ਮੈਂ 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 ਜੀ ਕਦੀ ਜ਼ਿੰਦਗੀ ਚ ਮਤਲਬ ਮਾਤਾ ਰਾਣੀ ਦੇ ਜਾਗਰਣ ਦੀ ਕੋਈ ਗੋਸਟਾਖੀ ਨਹੀਂ ਕਰ ਸਕਦਾ ਜੀ ਔਰ ਜਿਹੜਾ ਰੂਲ ਹੈ ਉਹ ਰੂਲ ਹੈ ਹੈਨਾ ਹਾਂ ਸਾਡੇ ਕਈ ਭਜਨ ਐਸੇ ਉਹਦੇ ਤੇ ਲੋਕ ਨੱਚਦੇ ਵੀ ਨੇ ਜਦੋਂ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਹੈਨਾ ਜਾਂ ਉਹ ਮੈਂ ਨਾ ਤੋਂ ਥੋੜੇ ਜਿਹਾ ਚਾਹਾਂਗਾ ਕਿ ਉਹਨਾਂ ਨੂੰ ਮੜਾ ਜਿਹੜੇ ਭਗਤ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਨੱਚ ਵੀ ਲੈਣ ਦਿਆ ਕਰੋ ਜੀ ਬ੍ਰਹਮਨੰਦ ਗਿਰੀ ਜੀ ਮੰਨ ਲਓ ਇਹ ਗਾ ਰਹੇ ਆ ਪਿੱਛੇ ਕੋਈ ਇੰਨੇ ਇੱਕ ਜ਼ਿਆਦਾ ਜੋਸ਼ ਚ ਆ ਗਿਆ ਕਿ ਉਹ ਨੱਚਣ ਵੀ ਲੱਗ ਗਿਆ ਹੋ ਸਕਦਾ ਉਸ ਬੰਦੇ ਤੇ ਵੀ ਕੰਟਰੋਲ ਨਾ ਹੋਵੇ ਉਹ ਇੰਨਾ ਜ਼ਿਆਦਾ ਉਸ ਮਾਹੌਲ ਚ ਰਚ ਗਿਆ ਹੋਵੇ ਇਹਦੇ ਤੇ ਕੀ ਕਲੈਰਟੀ ਹੈ ਉਹ ਵਿਵਸਥਾ ਹੈ ਹਾਂ ਵਿਵਸਥਾ ਹੈ ਭਜਨ ਦੀ ਵੀ ਜੀ ਤੇ ਗਾਣ ਵਾਲੇ ਦੀ ਵੀ ਤੇ ਸੁਣਨ ਵਾਲੇ ਦੀ ਵੀ ਹੂੰ ਜਦੋਂ ਭੋਲੇ ਦੀ ਬਰਾਤ ਚੱਲੀ ਗੱਜ ਵੱਜ ਕੇ ਹਾਂ ਜੇ ਬਰਾਤ ਗੱਜ ਵੱਜ ਕੇ ਚੱਲੀ ਹੈ ਤੇ ਉਹ ਵਿਵਸਥਾ ਬਰਾਤੀਆਂ ਦੀ ਭਖਤੂਣਗੇ ਹਾਂ ਜੀ ਕੀ ਬਾਤ ਹੈ ਕੀ ਬਾਤ ਹੈ ਤੇ ਗਾਣ ਵਾਲਾ ਆਪਣੇ ਲੋਰ ਚ ਹੋਏਗਾ ਜੈ ਹੋ ਤੇ ਜਿਹਦੀ ਬਰਾਤ ਚੱਲੀ ਹੈ ਉਹ ਆਪਣੇ ਲੋਰ ਚ ਹੋਏਗਾ ਜੈ ਹੋ ਜੇ ਇੱਕ ਪਾਸੇ ਭੇਟ ਚੱਲ ਰਹੀ ਹੈ ਵਿੱਤੇ ਦੀ ਦਰ ਤੋਂ ਖਾਲੀ ਨਹੀਂ ਮੁੜਿਆ ਮੇਰੀ ਕਿਉਂ ਝੋਲੀ ਖਾਲੀ ਹੈ ਹੂੰ ਠੀਕ ਹੈ ਉਹਦੇ ਤੇ ਨੱਚੋ ਥੋੜੀ ਸਕਦੇ ਉਹਦੇ ਤੇ ਨੱਚਣ ਵਾਲਾ ਜਿਹ ਕੋ ਸਿਸਟਮ ਹੈ ਉਹ ਤਾਂ ਫਿਰ ਆਪਾਂ ਮਤਲਬ ਕਿ ੱੱਕਾ ਕਰ ਰਹੇ ਆ ਭਗਤਾਂ ਨਾਲ ਆ ਵੀ ਤੁਸੀਂ ਨੱਚੋ ਤੁਸੀਂ ਜਿਹੜੀ ਮਰਜ਼ੀ ਵਿਵਸਥਾ ਚੋਂ ਸਾਨੂੰ ਰੁਪਏ ਦਿਓ ਸਾਨੂੰ ਵਾਰ ਕੇ ਉਹ ਦਿਓ ਝਾਕੀਆਂ ਕਰਾਣੀਆਂ ਉਹ ਬਹੁਤ ਵੱਡਾ ਗਲਤ ਕੰਮ ਤੁਸੀਂ ਇਹ ਕਹਿ ਰਹੇ ਹੋ ਜਿਹੜਾ ਉਹ ਗ੍ਰੰਥ ਸਥਾਪਿਤ ਹੋਇਆ ਉਸ ਗ੍ਰੰਥ ਦੇ ਵਿੱਚ ਤੁਸੀਂ ਬਕਾਇਦਾ 3000 ਦੇ ਨੇੜੇ ਤੁਸੀਂ ਸ਼ਾਇਦ ਮੈਨੂੰ ਭੇਟਾਂ ਨੇ ਉਹੀ ਗਾਓ ਜੇ ਕੋਈ ਨਵੀਂ ਭੇਟ ਤਰਜ ਤੇ ਉੱਤੇ ਜੀ ਇਹਨੀ ਗੱਲ ਮੈਂ ਕਹਿ ਰਿਹਾ ਵੀ ਉਹੀ ਗਾਓ ਹੂੰ ਕਿਉਂਕਿ ਉਹ ਕੰਪਲਸੇਸ਼ਨ ਕਿਵੇਂ ਲਈ ਜਾ ਸਕਦੀ ਹੈ ਇਹਨਾਂ ਦੇ ਰਿਆਜ ਆਪਣੇ ਆ ਸਿਸਟਮ ਆਪਣਾ ਉਹਨਾਂ ਨੇ ਤਿਆਰੀ ਕੀਤੀ ਹੈ ਜਿਹੜੇ ਸਾਡੇ ਪਹਿਲੇ ਸ਼ੁਰਵਾਦੀ ਮੰਤ ਗਾਉਂਦੇ ਆ ਜਿਹੜਾ ਘਰਾਨਾ ਗਾਉਂਦਾ ਘਰਾਨਾ ਜਿਹੜੀਆਂ ਪਹਿਲੀਆਂ ਪੱਕੀਆਂ ਸੱਤ ਭੇਟਾਂ ਨਾਲ ਅੱਜ ਵੀ ਜਾਗਰਣ ਸ਼ੁਰੂ ਕਰਦਾ ਸਲੀਮ ਜੀ ਬੈਠੇ ਆ ਉਹ ਥੱਲੇ ਬੈ ਕੇ ਸ਼ੁਰੂ ਕਰਦੇ ਆ ਜੀ ਜੀ ਬਿਲਕੁਲ ਸੱਤ ਭੇਟਾਂ ਨਾਲ ਹੀ ਜਾਗਰਣ ਸ਼ੁਰੂ ਕਰਕੇ ਉਸ ਤੋਂ ਬਾਅਦ ਸੈਕੰਡ ਪਾਰਟ ਤੇ ਉਹ ਇਹਨਾਂ ਨੂੰ ਮਾਈਕ ਸੰਭਾਦਦੇ ਆ ਤੇ 2 2.5 ਘੰਟੇ 3 ਘੰਟੇ ਆਪਣੀ ਸੇਵਾ ਨਿਭਾ ਕੇ ਚਲੇ ਜਾਂਦੇ ਤਾਂ ਉਹੀ ਕਰਾਨਾ ਤਾਰਾ ਰਾਣੀ ਦੀ ਸੋਰੀ ਕਥਾ ਕਰਕੇ ਜਾਗਰਨ ਦੀ ਸੰਪੂਰਨਤਾ ਕਰਦਾ ਪਰ ਚੱਕਰ ਕਿੱਥੇ ਆ ਵਿਚਾਰਾਂ ਦੀ ਲੜਾਈ ਕਿੱਥੇ ਆ ਰੋਗ ਕਿੱਥੇ ਆ ਕਈ ਲੋਕ ਕੀ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਗਾ ਤਾਂ ਮਾਈ ਦਾ ਗੁਣਗਾਨ ਰਹੇ ਆ ਜੀ ਜਾਗਰਨ ਤਾਂ ਅਸੀਂ ਮਾਂ ਦਾ ਕਰਨ ਆਏ ਆ ਤੇ ਇਹਦੇ ਪਿੱਛੇ ਜਾ ਕੇ ਸਟੇਜ ਦੇ ਨਮਾਜ਼ ਅਦਾ ਕਰ ਰਹੇ ਆ ਯਾਰ ਜੇ ਤੁਸੀਂ ਨਮਾਜ਼ ਦਾ ਕਰਨੀ ਹੈ ਤੇ ਨਮਾਜ਼ ਵਾਸਤੇ ਈਦਗਾਰ ਬਣੀ ਆ ਤੁਹਾਡੀ ਐ ਹੁੰਦਾ ਭਾਜੀ ਭਾਜੀ ਮੈਂ ਮਹਾਰਾਜੀ ਜੋ ਬੋਲ ਰਹੇ ਨੇ ਉਹ ਮੈਂ ਸੁਣਿਆ ਔਰ ਉਹਦੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਬਿਲਕੁਲ ਠੀਕ ਨਹੀਂ ਉਹ ਕਿਉਂਕਿ ਮੇਰਾ ਕਹਿਣਾ ਜਾਇਜ਼ ਨਹੀਂ ਹੈ ਔਰ ਇਹ ਉਹ ਉਹ ਕਹਿ ਸਕਦੇ ਨੇ ਹੁਣ ਜਾਗਰਣ ਅਸੀਂ ਕਰ ਰਹੇ ਹਾਂ ਮੈਂ ਆਪਣੀ ਗੱਲ ਕਰਦਾ ਹਾਂ ਮੈਂ ਕਈ ਵਾਰੀ ਦੇਖਿਆ ਮੈਂ ਕਈ ਵਾਰੀ ਸੋਚਿਆ ਕਿ ਔਰ ਬਣਾਇਆ ਇੱਕ ਮਨ ਬਣਾਇਆ ਇੱਕ ਇੱਕ ਐਟੀਕੀਟ ਬਣਾ ਲਿਆ ਕਿ ਜਗਰਾਤੇ تھے ਮਾਤਾਰਾਣੀ ਦੇ ਜਾਗਰਣ ਤੇ ਗਾਣਾ ਨਹੀਂ ਗਾਣ ਠੀਕ ਹੈ ਬਿਲਕੁਲ ਹੀ ਨਹੀਂ ਗਾਣਾ ਕੋਈ ਵੈਸੇ ਲੋਕ ਬਹੁਤ ਕਹਿੰਦੇ ਹੋਣਗੇ ਉਹ ਬੜੀ ਕਹਿ ਦਿੰਦੇ ਸਾਡੇ ਗਾਣੇ ਵੀ ਭਾਜੀ ਫਰਮਾਇਸ਼ਾਂ ਆਉਂਦੀਆਂ ਹੋਣੀਆਂ ਇਹਦੇ ਲੈ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੇ ਗਾਣੇ ਵੀ ਬੜੇ ਵਧੀਆ ਹੁੰਦੇ ਨੇ ਧੀਆਂ ਪਹਿਣਾ ਚ ਬੈਠ ਕੇ ਸੁਣਨ ਵਾਲੇ ਪਰ ਪਰ ਉਹ ਜਾਗਰਣ 'ਚ ਨਹੀਂ ਗਾਏ ਜਾ ਸਕਦੇ ਔਰ ਉਹ ਗੋਣੇ ਵੀ ਨਹੀਂ ਹੂੰ ਬਿਲਕੁਲ ਨਹੀਂ ਗੋਣੇ ਨਹੀਂ ਗੋਣੇ ਕਿ ਤੁਸੀਂ ਅਸੂਲ ਬਣਾ ਲਿਆ ਆਪਣਾ ਮੈਂ ਬਣਾ ਲਿਆ ਜੀ ਇਹ ਵਿਵਾਦ ਤੁਸੀਂ ਜਾਣ ਕੇ ਕ੍ਰੀਏਟ ਕਰਦੇ ਹੋ ਕਿ ਆਪੇ ਹੀ ਤੁਰੇ ਆਉਂਦੇ ਥੋੜੇ ਵੱਲ ਪਾਜੀ ਕੋਈ ਵੀ ਬੰਦਾ ਜਾਣ ਕੇ ਕੁਝ ਨਹੀਂ ਕਰਦਾ ਹੂੰ ਜਿਵੇਂ ਇੱਕ ਵਾਰ ਪੁਲਿਸ ਵਾਲਿਆਂ ਨਾਲ ਉਲਝ ਗਿਆ ਤੁਹਾਡਾ ਚਲਾਨ ਕੱਟਦਾ ਉਹਨਾਂ ਨੇ ਉਹ ਕੀ ਕਿੱਸਾ ਸੀ ਪਾਜੀ ਮੈਂ ਨਾ ਐਕਚੁਅਲੀ ਕਰਾਇਆ ਸੀ ਹੇਅਰ ਟ੍ਰਾਂਸਪਲੈਂਟ ਹਾਂ ਤਦ ਹੈਨਾ ਤੇ ਮੈਂ ਉਹ ਬੰਨਿਆ ਹੋਇਆ ਸੀ ਆ ਤੁਸੀਂ ਹਾਂ ਬੰਦਾ 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 ਤੇ ਉਹਨਾਂ ਨੇ ਮੈਨੂੰ ਰੋਕ ਲਿਆ ਜਿਲਾਂ ਹਾਂ ਫਗਵਾੜੇ ਦੀ ਗੱਲ ਤੇ ਨਕਾਬ ਦੀ ਸੀਗੀ ਨਾ ਸੀਗੀ ਤੁਸੀਂ ਮਾਸਕ ਨਹੀਂ ਲਾਇਆ ਉਹ ਉਹ ਕੋਰੋਨਾ ਦੇ ਦਿਨ ਸੀ ਇਹ ਇਸ ਗੱਲ ਦੀ ਤੇ ਅਸੀਂ ਵੰਡਦੇ ਫਿਰਦੇ ਸੀ ਮੈਂ ਤੇ ਮੇਰੇ ਭਾਜੀ ਵੱਡੇ ਜਿਹੜੇ ਮੈਨੇਜਰ ਮੇਰੇ ਜੋਸ਼ ਭਾਜੀ ਅਸੀਂ ਵੰਡਦੇ ਫਿਰਦੇ ਸੀ ਕੁਝ ਸਹਾਇਤਾ ਵਾਸਤੇ ਕੁਝ ਚੀਜ਼ਾਂ ਕਰੀ ਇੱਧਰ ਕਦੀ ਇੱਧਰ ਕਦੀ ਹਾਂ ਤੇ ਉਦਾਂ ਅਸੀਂ ਵੀ ਬੜੇ ਉਹ ਸੀਗੇ ਵੀ ਯਾਰ ਇਹ ਚੀਜ਼ ਕਿਸੇ ਨੂੰ ਹੋਵੇ ਨਾ ਹਨ ਪਰ ਹੁਣ ਗੱਡੀ 'ਚ ਕਈ ਰੀ ਬੈਠਾ ਬੰਦਾ ਉਹ ਪਾਈ ਰਖਦਾ ਨਾ ਉਹ ਕਿ ਨੂੰ ਕਹਿੰਦੇ ਨੇ ਮਾਸਕ ਤੇ ਮਾਸਕਰ ਗਾਏ ਮੂੰਹ ਹੋ ਜਾਂਦਾ ਤੇ ਮੈਂ ਉਹ 2 ਮਿੰਟ ਲਈ ਲਾ ਦਿੱਤਾ ਜਦੋਂ ਲਾਇਆ ਤੇ ਅੱਗੇ ਪੁਲਿਸ ਖੜੀ ਸੀ ਉਹਨਾਂ ਨੇ ਰੋਕਿਆ ਸੀ ਉਹਨੂੰ ਕਹਿੰਦੇ ਸੀ ਅਸੀਂ ਤੁਹਾਡਾ ਚਲਾਨ ਕਰਨਾ ਤੁਸੀਂ ਮਾਸਕ ਨਹੀਂ ਲਾਇਆ ਮੈਂ ਕਿਹਾ ਜੀ ਕਰੋ ਕੋਈ ਗੱਲ ਮੈਂ ਕਿਹਾ ਪਰ ਅਸੀਂ ਹੁਣੇ ਹੀ ਲਾਇਆ ਮਾਸਕ ਤੇ ਮਨੂ ਫੇ ਪਾ ਲੰਗੇ ਮੰਨੇ ਨਹੀਂ ਉਹ ਮੰਨੇ ਨਹੀਂ ਅੱਛਾ ਉਹਨਾਂ ਚ ਇੱਕ ਗੱਲ ਬਹੁਤ ਸੀ ਉਹਨਾਂ ਨੇ ਪਛਾਣਿਆ ਵੀ ਨਹੀਂ ਤੁਹਾਨੂੰ ਨਹੀਂ ਪਛਾਣਿਆ ਸੀ ਪਰ ਮੈਨੂੰ ਇਹ ਗੱਲ ਬਹੁਤ ਅੱਛੀ ਲੱਗੀ ਕਿ ਉਹ ਵੀਡੀਓ ਵਾਇਰਲ ਹੋਈ ਲੋਕਾਂ ਨੂੰ ਅਵੇਅਰ ਹੋ ਗਏ ਜ਼ਿਆਦਾ ਲੋਕ ਕਿ ਯਾਰ ਚਾਹੇ ਜਿਹੜਾ ਮਰਜੀ ਆ ਭਾਵੇਂ ਸਲੀਮ ਵੀ ਆ ਭਾਵੇਂ ਸਲੀਮ ਵੀ ਆ ਚਲਾਨ ਕੱਟਿਆ ਜਾਣਾ ਚਲਾਨ ਕੱਟਿਆ ਜਾਣਾ ਜੇ ਮਾਸਕ ਨਾ ਪਾਇਆ ਪਰ ਫਿਰ ਵੀਡੀਓ ਵਾਇਰਲ ਹੋਈ ਤੁਹਾਨੂੰ ਮਹਿਸੂਸ ਜਿਆ ਨਹੀਂ ਹੋਇਆ ਭਾਜੀ ਮੈਨੂੰ ਕੀ ਮਹਿਸੂਸ ਹੋਣਾ ਮੇਰੀਆਂ ਬੜੀਆਂ ਵਾਇਰਲ ਹੁੰਦੀਆਂ ਚਲੋ ਕੋਈ ਗੱਲ ਨਹੀਂ ਪਰ ਉਹ ਲੋਕਾਂ ਦੇ ਹੱਥ 'ਚ ਵੀਡੀਓ ਸੀ ਸਟੇਜ ਦੀਆਂ ਬਹੁਤ ਵਾਇਰਲ ਹੁੰਦੀਆਂ ਇੱਕ ਪਾਜੀ ਮੁੰਡੇ ਨੂੰ ਤੁਸੀਂ ਥੱਲੇ ਲਾਇਆ ਗੁੱਸੇ 'ਚ ਆ ਕੇ ਇੱਕ ਦਿਨ ਪਾਜੀ ਉਹ ਨਾ ਸਟੇਜ ਤੇ ਅਸੀਂ ਹੁਣ ਸਟੇਜ ਸਾਡੇ ਲਈ ਬੜੀ ਵੱਡੀ ਗੱਲ ਹੈ ਵਿਧੀ ਵਿਵਧਾਨ ਦੀ ਹੀ ਗੱਲ ਚੱਲ ਰਹੀ ਹੈ ਨਾ ਸਟੇਜ ਕਿਹਦੇ ਉਹ ਸਾਡੇ ਬਾਬਾ ਜੀ ਨੇ ਬਾਬਾ ਮਸਤਵਲੀ ਨੇ ਦਾਨੇ ਵਾਲੀ ਦਾਨੇਵਾਲ ਜਗ੍ਹਾ ਹੈ ਸ਼ਾਹਕੋਟ ਦੇ ਕੋਲ ਉਹਨਾਂ ਸਾਨੂੰ ਬੁਲਾਇਆ ਸੀ ਗਾ ਰਹੇ ਹੂੰ ਤੇ ਸਟੇਜ ਦੀ ਇੱਕ ਮਰਿਆ ਦਾ ਹੂੰ ਪਿੱਛੇ ਉਹ ਬੰਦਾ ਬੈਠਾ ਬੱਚਾ ਕੋਈ ਉਹ ਅੱਜ ਕੱਲ ਜਿਹੜੇ ਚੱਲੇ ਹੁਕੇ ਜੇ ਪਤਾ ਨਹੀਂ ਕੀ ਉਹ ਛੋਟਾ ਜਿਹਾ ਹੁੰਦਾ ਜਿਹੜਾ ਹਾਂ ਵੇਪ ਵੇਪ ਉਹ ਪੀ ਰਹੇ ਅੱਛਾ ਉੱਥੇ ਸ਼ਰਿਆਮ ਕਦ ਇੱਕ ਸਾਲ ਦਾ ਹੋਣਾ ਪਤਾ ਨਹੀਂ ਭਾਜੀ ਹੋਊਗਾ ਕੋਈ 19 20 ਸਾਲ ਦਾ ਮੁੰਡਾ ਕੋਈ ਬੱਚਾ ਹੀ ਸੀਗਾ ਗੁੱਸਾ ਚੜ ਗਿਆ ਤੂੰ ਨਹੀਂ ਮੈਨੂੰ ਗੁੱਸਾ ਨਹੀਂ ਮੈਂ ਮੈਨੂੰ ਹੁਣ ਇਹ ਹੋਇਆ ਵੀ ਇੱਕ ਤਾਂ ਇਹਨੂੰ ਇਹ ਪੀਣਾ ਨਹੀਂ ਚਾਹੀਦਾ ਦੂਜਾ ਇਹ ਜੇ ਪੀਣਾ ਪੀਣਾ ਵੀ ਹੋਵੇ ਤਾਂ ਇਹਨੇ ਥੋੜਾ ਸਾਈਡ ਤੇ ਜਾ ਕੇ ਪੀ ਲਵੇ ਤੇ ਇਸ ਸਟੇਜ ਤੇ ਬਹਿ ਕੇ ਪੀ ਰਹੇ ਸਾਨੂੰ ਧੂਏ ਤੋਂ ਅਲਰਜੀ ਹੋ ਰਹੀ ਔਰ ਉਹਨੂੰ ਪੀਣਾ ਵੀ ਨਹੀਂ ਚਾਹੀਦਾ ਔਰ ਉਹ ਸਟੇਜ ਹੈ ਭਾਵੇਂ ਸਟੇਜ ਕੋਈ ਵੀ ਹੋਵੇ ਹੂੰ ਉਹਦਾ ਤਾਂ ਸਨਮਾਨਤ ਕਰਨਾ ਹੀ ਚਾਹੀਦਾ ਨਾ ਉਹਦਾ ਅਦਬ ਤਾਂ ਫਿਰ ਮਨੋ ਗਿਆ ਮੈਂ ਕਿਹਾ ਬੇਟਾ ਚੱਲ ਥੱਲੇ ਮੈਂ ਕਿਹਾ ਸਟੇਜ ਹੈ ਤੂੰ ਤਾਂ ਮੈਂ ਕਿਹਾ ਨਾ ਹੋਰੀ ਕੋ ਸਮਝ ਲੈ ਤੁਸੀਂ ਫਿਰ ਦੇਖਦੇ ਹੋ YouTube ਤੇ ਐ ਕੋਈ ਭੇਜ ਦਿੰਦਾ ਸਾਨੂੰ ਕਿ ਆ ਵਾਇਰਲ ਹੋ ਗਈ ਆ ਵਾਇਰਲ ਭਾਜੀ ਮੈਂ ਕੁਛ ਨਹੀਂ ਦੇਖਦਾ ਤੁਹਾਨੂੰ ਸੱਚੀ ਯਕੀਨ ਨਹੀਂ ਆਏਗਾ ਮੈਂ ਕੁਛ ਨਹੀਂ ਦੇਖਦਾ ਜਦੋਂ ਮੈਂ ਦੇਖਦਾ ਤੇ ਫਿਰ ਉਦੋਂ ਮੇਰਾ ਕੇਵਰੀ ਆਪਣਾ ਵਾਸਾ ਨਹੀਂ ਨਿਕਲ ਆਪ ਜਿਵੇਂ ਇੱਕ ਪੱਗ ਵਾਲੀ ਹੈ ਤੁਸੀਂ ਕਹੇ ਪੱਗ ਮੇਰੇ ਤੋਂ ਸੋਹਣੀ ਕੋਈ ਨਹੀਂ ਬੰਨਦਾ ਜੀ ਜੀ ਪਾਜੀ ਉਹ ਮੈਂ ਅਸੀਂ ਇੱਕ ਸ਼ੂਟ ਕਰ ਰਹੀ ਸੀ ਇੱਕ ਧਾਰਮਿਕ ਐਸੇਡ ਕੀਤੀ ਸੀ ਨਾ ਇੱਕ ਐਲਬਮ ਕੀਤੀ ਸੀ ਸਿੰਘ ਜਕਾਰੇ ਬੋਲਦੇ ਹਾਂ ਉਹ ਸ਼ੂਟ ਕੀਤੀ ਤੇ ਮੈਂ ਫੋਟੋ ਖਚਾਈ ਉਹਦੇ ਨਾਲ ਤੇ ਉਹ ਫੋਟੋ ਅਸੀਂ ਮਜ਼ਾਕ ਕਰਦੇ ਹੁਣੇ ਸ਼ੂਟਿੰਗ ਦਾਸਦੇ ਖੇਡਦੇ ਸੀ ਤੇ ਉਹ ਐ ਕਰਕੇ ਮੈਂ ਫੋਟੋ ਖਚਾਈ ਹੈ ਨਾ ਤੇ ਪੱਗ ਦਾ ਪੂਰਾ ਸਨਮਾਨ ਆ ਜੀ ਪੱਗ ਸਾਡੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਹੈ ਉਹਦੇ ਤੋਂ ਮਤਲਬ ਉਹ ਮੈਂ ਬੰਨੀ ਤੇ ਉਹ ਫੋਟੋ ਵਾਇਰਲ ਹੋ ਗਈ ਤੇ ਲੋਕਾਂ ਨੇ ਉਹ ਉਹਦਾ ਵੀ ਚਲੋ ਆਪਣੇ ਅਸਨ ਖੇਡਣ ਦਾ ਇੱਕ ਬਣਾ ਲਿਆ ਗੁੱਡ ਹੈ ਪਰ ਇੱਕ ਦਿਨ ਮੈਨੂੰ ਗੁੱਸਾ ਬਹੁਤ ਚੜਿਆ ਮੈਂ ਸਟੇਜ ਤੇ ਕਿਹਾ ਫਿਰ ਮੈਂ ਕਿਹਾ ਮੇਰਾ ਸਨਮਾਨ ਕਰੋ ਜਾਂ ਨਾ ਕਰੋ ਕੋਈ ਗੱਲ ਨਹੀਂ ਪਰ ਪੱਗ ਦਾ ਸਨਮਾਨ ਕਰੋ ਕਿਉਂਕਿ ਪੱਗ ਇੱਕ ਐਸੀ ਬਖਸ਼ੀ ਹੋਈ ਦਾਤ ਹੈ ਇੱਜ਼ਤ ਹੈ ਸਾਡੀ ਉਹਨੂੰ ਤਾਂ ਤੁਸੀਂ ਐਦਾਂ ਨਾ ਕਰੋ ਹੈਨਾ ਮੇਰਾ ਤਾਂ ਚੱਲ ਕੋਈ ਨਹੀਂ ਤੁਸੀਂ ਮੈਨੂੰ ਰੇੜਦੇ ਰਹਿਨੇ ਰੇੜੀ ਜਾਓ ਕੋਈ ਗੱਲ ਨਹੀਂ ਪਰ ਪੱਗ ਬਹੁਤ ਰਿਸਪੈਕਟਡ ਚੀਫ ਪਰ ਇਹ ਮੈਂ ਤਾਂ ਪੁੱਛਿਆ ਸਵਾਲ ਕਨ੍ਹਈਆ ਮਿੱਤਲ ਨਾਲ ਤੁਹਾਡੀ ਇੱਕ ਕੱਲ ਦੀ ਵੀਡੀਓ ਆ ਰਹੀ ਹੈ ਜਿੱਥੇ ਤੁਸੀਂ ਇਕੱਠੇ ਨਜ਼ਰ ਆ ਰਹੇ ਹੋ ਬਹੁਤ ਸਾਰੇ ਲੋਕ ਕਮੈਂਟਾਂ 'ਚ ਇਹ ਲਿਖ ਰਿਹਾ ਹੈ ਵੀ ਇਹ ਦੋਨਾਂ ਜਾਣਿਆਂ ਨੇ ਲੋਕਾਂ ਨੂੰ ਪਾਗਲ ਬਣਾਇਆ ਹੈ ਵੀ ਇਹ ਅੰਦਰੋਂ ਇਕੱਠੇ ਨੇ ਜਾਣ ਕੇ ਵਿਵਾਦ ਖੜਾ ਕੀਤਾ ਹੈ ਇਹ ਪਾਜੀ ਅੰਦਰੋਂ ਅਸੀਂ ਸਾਰੇ ਹੀ ਇਕੱਠੇ ਆ ਤੁਸੀਂ ਵੀ ਇਕੱਠੇ ਹੋ ਮੈਂ ਵੀ ਇਕੱਠਾ ਬਾਬਾ ਜੀ ਵੀ ਇਕੱਠੇ ਨੇ ਸਾਰੇ ਆਪਾਂ ਇੱਕੋ ਹੀ ਆ ਹਿੰਦੁਸਤਾਨ ਭਾਰਤ ਪੰਜਾਬ 'ਚ ਰਹਿੰਦੇ ਆ ਆਪਾਂ ਤੇ ਇਕੱਠੇ ਹੀ ਹੋਵਾਂਗੇ ਇਕੱਠੇ ਤਾਂ ਸਾਰੇ ਹੀ ਆ ਬਟ ਗੱਲ ਸਿਰਫ ਸੋਚ ਵਿਚਾਰ ਦੀ ਮੈਂ ਉਹਨਾਂ ਦੇ ਘਰ ਗਿਆ ਇੱਕ ਸਾਡਾ ਜੀ ਕਦੋਂ ਗਏ ਸੀ ਆਫਿਸ ਹੋ ਗਿਆ ਇੱਕ ਡੇਢ ਦੋ ਮਹੀਨਾ ਹੋ ਗਿਆ ਦੋ ਦੋ ਤਿੰਨ ਮਹੀਨਾ ਤੁਸੀਂ ਆਪ ਗਏ ਹੋ ਉਹਨਾਂ ਨੇ ਤੁਹਾਨੂੰ ਕਿਹਾ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨੇ ਕਿਸੇ ਤੇ ਕਿਸੇ ਤੋਂ ਫੋਨ ਕਰਾਇਆ ਜਾਂ ਐਦਾਂ ਕੁਝ ਹੋਇਆ ਕਾਲੀ ਕੋਈ ਸਾਡਾ ਭਰਾ ਹਾਂ ਉਹਦੇ ਤੋਂ ਫੋਨ ਕਰਵਾਇਆ ਫਿਰ ਕਨਈਆ ਜੀ ਦਾ ਵੀ ਫੋਨ ਆਇਆ ਤੇ ਮੈਂ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਬੜੇ ਮਤਲਬ ਅੱਛੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਬੁਲਾਇਆ ਔਰ ਉਹਨਾਂ ਨੇ ਮੇਰਾ ਬੜਾ ਸਤਿਕਾਰ ਕੀਤਾ ਐਸੀ ਕੋਈ ਗੱਲ ਨਹੀਂ ਹੀ ਇਜ਼ ਵੈਰੀ ਨਾਈਸ ਪਰਸਨ ਸੋਚ ਵਿਚਾਰ ਦੀ ਗੱਲ ਹੈ ਹੋਰ ਕੁਝ ਨਹੀਂ ਬੰਦੇ ਸਾਰੇ ਹੀ ਚੰਗੇ ਹੁੰਦੇ ਨੇ ਬਸ ਸੋਚਣੀ ਅਲੱਗ-ਅਲੱਗ ਹੈ ਵਿਚਾਰ ਅਲੱਗ-ਅਲੱਗ ਨੇ ਹੈਨਾ ਉਸ ਦਿਨ ਵੀ ਮੈਂ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਕਿ ਨਿਹਗਰ ਸਾਹਿਬ ਤੁਸੀਂ ਮੈਨੂੰ ਕਹਿੰਦੇ ਭਾਜੀ ਤੁਸੀਂ ਜਾ ਰਹੇ ਹੋ ਮੈਂ ਕਿਹਾ ਕਹਿੰਦੇ ਮੈਨੂੰ ਕੁਝ ਦੱਸ ਕੇ ਜਾਓ ਮੈਂ ਕਿਹਾ ਭਾਜੀ ਤੁਸੀਂ ਸਟੇਜ ਤੇ ਗਾਉਂਦੇ ਗਾਇਆ ਕਰੋ ਇੰਜੋਏ ਕਰੋ ਮਜ਼ਾ ਲਓ ਮਹਾਮਈ ਦੇ ਨਾਮ ਦਾ ਬਾਬਾ ਜੀ ਦੇ ਨਾਮ ਦਾ ਸ਼ਾਮ ਬਾਬਾ ਜੀ ਦੇ ਨਾਮ ਦਾ ਉਹਨਾਂ ਉਹਨਾਂ ਦੇ ਨਾਮ ਦਾ ਨਸ਼ਾ ਹੈ ਮੈਂ ਕਿਹਾ ਬਾਕੀ ਤੁਸੀਂ ਬੋਲਿਆ ਨਾ ਕਰੋ ਕਿਸੇ ਨੂੰ ਕੁਝ ਵੀ ਕਹਿੰਦੇ ਮੈਂ ਕਿਹਾ ਮੇਰੀ ਸੌਂ ਖਾਓ ਐਦਾਂ ਹੀ ਹੋ ਗਈ ਗੱਲ ਮੈਂ ਕਿਹਾ ਮੇਰਾ ਕਹਿਣਾ ਮੰਨੋਗੇ ਨਾ ਮੇਰੇ ਭਰਾ ਉਹ ਕਹਿੰਦੇ ਤੇ ਕਿ ਸਿਰਫ ਪਰਫਾਰਮ ਕਰਦੇ ਹੋ ਸਟੇਜ ਤੇ ਜਾਂ ਕਈ ਵਾਰੀ ਉਸ ਰੰਗ ਚ ਵਾਕਈ ਅੰਦਰੋਂ ਵੀ ਕੋਈ ਜਜ਼ਬਾਤ ਆ ਜਾਂਦੇ ਐ ਜਿਸ ਵੇਲੇ ਪਾਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਮੈਂ ਤਾਂ ਉਹ ਦਿਨ ਫਸਟ ਟਾਈਮ ਹੀ ਉਹਨਾਂ ਨੂੰ ਮਿਲਿਆ ਨਹੀਂ ਨਹੀਂ ਮੈਂ ਤੁਹਾਡੀ ਗੱਲ ਕਰ ਰਿਹਾ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਸਟੇਜ ਤੇ ਹੋ ਜੀ ਜਾਗਰਣ ਕਰ ਰਹੇ ਹੋ ਜੀ ਤਾ ਇੱਕ ਹੁੰਦਾ ਕਿ ਦੁਨੀਆਵੀ ਤੌਰ ਤੇ ਤੁਸੀਂ ਐਜ਼ ਅ ਸਿੰਗਰ ਗਏ ਗਾਇਆ ਆਪਣੀ ਜੋ ਭੇਟਾ ਹੈ ਉਹ ਲਈ ਔਰ ਆ ਗਏ ਬਾਜੀ ਮੈਂ ਤਾਂ ਇਹ ਕੋਈ ਇਮੋਸ਼ਨਸ ਵੀ ਹੁੰਦੇ ਆ ਕਿ ਕੌਣ ਨੇ ਹੋਏ ਕਦੇ ਉਹ ਜਜ਼ਬਾਤ ਬਾਜੀ ਇਮੋਸ਼ਨ ਤੋਂ ਬਿਨਾ ਤਾਂ ਗਾ ਹੀ ਨਹੀਂ ਨਾ ਸਕਦਾ ਬੰਦਾ ਹੂੰ ਮੇਰੀ ਜਿਹੜੀ ਮਾਂ ਹੈ ਉਹ ਵੀ ਉਸੇ ਨੂੰ ਪ੍ਰਸਿੱਧੀ ਦਵਾਉਂਦੀ ਹੈ ਜਿਹਦੇ ਦਿਲ 'ਚ ਸ਼ਰਧਾ ਭਾਵਨਾ ਹੈ ਹਾਂ ਮੇਰਾ ਰੋਜ਼ੀ ਰੋਟੀ ਵੀ ਉਹਨਾਂ ਤੋਂ ਚੱਲਦੀ ਹੈ ਹੂੰ ਹੈਨਾ ਜੇ ਮੈਂ ਕੁਝ ਪੈਸੇ ਲੈਣਾ ਤੇ ਮੇਰਾ ਘਰ ਵੀ ਉਹਨਾਂ ਤੋਂ ਚੱਲਦਾ ਹੈ ਮੇਰੀ ਮਾਂ ਵੀ ਹੈ ਉਹ ਔਰ ਮੇਰੇ ਦਿਲ ਚ ਭਾਜੀ ਸ਼ਰਦਾ ਹੈ ਮੈਂ ਅੱਜ ਤੋਂ ਥੋੜੀ ਬੇਟਾ